ਹੈਲੋ ਜੈਮ ਸੀਰੀ ਸਲਾਮ ਗੁੱਡ ਈਵਨਿੰਗ ਇੱਕ ਵਾਰੀ ਫਿਰ ਤੁਹਾਡਾ ਵੈਲਕਮ ਕਰਦੇ ਹਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੀ ਅਸੀਂ ਉਹਨਾਂ ਦੁਆ ਕਰਾਂਗੇ ਅੱਜ ਦੇ ਕਲਾਮ ਲਈ ਪ੍ਰਭੂ ਸਾਨੂੰ ਗਹਿਰਾਈ ਦੀਆਂ ਗਹਿਰਾਈਆਂ ਤੱਕ ਪਹੁੰਚਾਵੇ ਜੋ ਵੀ ਕਲਾਮ ਬੋਲਿਆ ਸਮਝਣ ਵਾਲੇ ਹੋਈਏ ਸਾਨੂੰ ਅਕਲ ਦਿਨਾਈ ਮਿਲੇ ਔਰ ਅੱਜ ਦੀ ਸ਼ਾਮ ਲਈ ਅਸੀਂ ਖੁਦਾਵੰਦ ਦਾ ਧੰਨਵਾਦ ਕਰਾਂਗੇ ਜੋ ਕਿ ਖੁਦਾਵੰਦ ਨੇ ਸਾਨੂੰ ਬਖਸ਼ ਦਿੱਤੀ ਬਹੁਤ ਸਾਰੇ ਲੋਕ ਇਸ ਸ਼ਾਮ ਨੂੰ ਨਹੀਂ ਵੇਖ ਸਕੇ ਜੈਸੀ ਜੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੇਰੇ ਪਿਆਰੇ ਅਜ਼ੀਜ਼ਾਂ ਨੂੰ ਪਿਆਰ ਭਰਿਆ ਜੈਮ ਸੀ ਕਿ ਬੜੇ ਹੀ ਸਤਿਕਾਰ ਦੇ ਨਾਲ ਸਲਾਮ ਕਰਦੀ ਹਾਂ ਸਲੂਟ ਕਰਦੀ ਹਾਂ ਆਪਣੇ ਪਿਆਰ ਭਰੇ ਸਰੋਤਿਆਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਤੁਹਾਡੀਆਂ ਭੇਜੀਆਂ ਗਈਆਂ ਸੇਵਾਵਾਂ ਤੁਹਾਡੀਆਂ ਕੀਤੀਆਂ ਗਈਆਂ ਪ੍ਰਾਰਥਨਾ ਦੇ ਨਾਲ ਅੱਜ ਤੁਹਾਡੇ ਰੂਬਰੂ ਪਰਮੇਸ਼ੁਰ ਜੀ ਦੇ ਪ੍ਰਭੂ ਯਿਸੂ ਮਸੀਹ ਜੀ ਦੇ ਵਚਨ ਲੈ ਕੇ ਆ ਚੁੱਕੇ ਹਾਂ ਅਤੇ ਆਈਏ ਅਸੀਂ ਪਰਮੇਸ਼ੁਰ ਦਾ ਧੰਨਵਾਦ ਮਿਲ ਕੇ ਕਰਦੇ ਹਾਂ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ ਉਸ ਸੋਹਣੇ ਸਿਰਜਣਹਾਰੇ ਦੇ ਅੱਗੇ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਹਾਲੇਲੂਯਾ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਹਾਲੇਲੂਯਾ ਜੋ ਜਾਗਦਾ ਰਹਿੰਦਾ ਕਦੇ ਉਗਲਾਂਦਾ ਨਹੀਂ ਹੈ ਔਰ ਜਿਹਦੀਆਂ ਅੱਖਾਂ ਹਮੇਸ਼ਾ ਸਾਡੇ ਉੱਤੇ ਲੱਗੀਆਂ ਰਹਿੰਦੀਆਂ ਨੇ ਓ ਰਾਬਾ ਸ਼ਖਾ ਰਾਬਾ ਸੀਨਾ ਸਾਰਾ ਬਾ ਹਾਲੇਲੂਯਾ ਰਾਜਾਓਂ ਕੇ ਰਾਜਾ ਪ੍ਰਭੂਆਓਂ ਕੇ ਪ੍ਰਭੂ ਸਨਾਤਨ ਸਤਿਗੁਰੂ ਰਹਿਮਤਾਂ ਦੇ ਬਾਨੀ ਦਿਆਲੂ ਅਤੇ ਕਿਰਪਾਲੂ ਮੇਰੇ ਸਵਾਮੀ ਮੇਰੇ ਯਸੂ ਮੇਰੇ ਪਿਤਾ ਮੇਰੇ ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦੀ ਹਾਂ ਕਿ ਤੂੰ ਜਿਉਂਦਾ ਹੈ ਔਰ ਵੇਖਦਾ ਹੈ ਔਰ ਸੁਣਦਾ ਹੈ ਉੱਤਰ ਦਿੰਦਾ ਹੈ ਤੇਰੇ ਵਾਅਦੇ ਹਾਂ ਅਤੇ ਆਮੀਨ ਦੇ ਨਾਲ ਪੂਰੇ ਹੁੰਦੇ ਨੇ ਪਰਮੇਸ਼ੁਰ ਤੇਰਾ ਲੱਖਾਂ ਅਤੇ ਕਰੋੜਾਂ ਵਾਰ ਵੀ ਝੁੱਕ ਕੇ ਸ਼ੁਕਰ ਅਦਾ ਕਰਾਂ ਉਹ ਵੀ ਥੋੜ੍ਹਾ ਹੈ ਪ੍ਰਭੂ ਜੀ ਯਸੂ ਪਿਤਾ ਤੇਰੇ ਉਹਨਾਂ ਸਾਰੇ ਰਹਿਮੋ ਕਰਮ ਵਾਸਤੇ ਧੰਨਵਾਦ ਕਰਦੇ ਹਾਂ ਜੋ ਸਾਡੇ ਉੱਤੇ ਔਰ ਸਾਡੇ ਪਿਆਰੇ ਪਿਆਰੇ ਸਰੋਤਿਆਂ ਉੱਤੇ ਕੀਤੇ ਨੇ ਕਿ ਅਸੀਂ ਉਸ ਰਹਿਮ ਦੇ ਸਦਕਾ ਹੀ ਖੁਦਾਵੰਦ ਯਿਸੂ ਅੱਜ ਤੁਹਾਡੇ ਚਰਨਾਂ ਵਿੱਚ ਫਿਰ ਤੋਂ ਦੁਆਰਾ ਬੈਠ ਚੁੱਕੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਤੂੰ ਸਾਡਾ ਪਰਮੇਸ਼ੁਰ ਹੈ ਔਰ ਅਸੀਂ ਤੇਰੇ ਤੋਂ ਬਿਨਾਂ ਅਧੂਰੇ ਹਾਂ ਪਰਮੇਸ਼ੁਰ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਪੂਰਾ ਸਾਨੂੰ ਕਰਨ ਵਾਸਤੇ ਆਕਾਸ਼ਾਂ ਨੂੰ ਛੱਡ ਕੇ ਧਰਤੀ 'ਤੇ ਆ ਗਿਆ ਤਾਂ ਕਿ ਜੋ ਮਨੁੱਖਤਾ ਦੇ ਵਿੱਚ ਅਧੂਰਾਪਨ ਹੈ ਉਹ ਪੂਰਾ ਹੋ ਸਕੇ ਪਰਮੇਸ਼ੁਰ ਤੇਰਾ ਸ਼ੁਕਰ ਕਰਦੇ ਹਾਂ ਕਿ ਤੇਰੀ ਮਰਜ਼ੀ ਧਰਤੀ ਦੇ ਉੱਤੇ ਪੂਰੀ ਹੋ ਰਹੀ ਹੈ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰਾ ਰਾਜ ਖੁਦਾਵੰਦ ਯਿਸੂ ਇਸ ਧਰਤੀ 'ਤੇ ਆ ਰਿਹਾ ਹੈ ਔਰ ਕਾਰਿਆ ਕਰ ਰਿਹਾ ਹੈ ਪਰਮੇਸ਼ੁਰ ਤੇਰਾ ਸ਼ੁਕਰ ਕਰਦੇ ਹਾਂ ਔਰ ਖੁਦਾਵੰਦ ਯਿਸੂ ਤੇਰਾ ਧੰਨਵਾਦ ਕਰਦੇ ਤੇਰੇ ਉਹਨਾਂ ਮਹਾਨ ਵਾਅਦਿਆਂ ਵਾਸਤੇ ਕਿ ਤੂੰ ਕਿਹਾ ਕਿ ਦੇਖ ਮੈਂ ਜੁਗਾਂ ਦੇ ਅੰਤ ਤੀਕ ਤੇਰੇ ਨਾਲ ਹੋਵਾਂਗਾ ਉਹ ਪਰਮੇਸ਼ੁਰ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸੱਚਮੁੱਚ ਸਾਡੇ ਨਾਲ ਹੈ ਤੂੰ ਸਾਨੂੰ ਕਦੇ ਵੀ ਇਕੱਲਿਆਂ ਤੇ ਅਨਾਥ ਔਰ ਯਤੀਮ ਨਹੀਂ ਛੱਡਿਆ ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ ਕਿ ਸੱਚਮੁੱਚ ਤੇਰਾ ਹੱਥ ਛੋਟਾ ਨਹੀਂ ਜੋ ਸਾਨੂੰ ਬਚਾ ਨਾ ਸਕੇ ਖੁਦਾਵੰਦ ਤੇਰੇ ਇਸ ਵੱਡੀ ਸੰਭਾਲ ਦਾ ਤੇਰਾ ਸ਼ੁਕਰ ਕਰਦੇ ਹੋਏ ਤੇਰੇ ਕਦਮਾਂ ਵਿੱਚ ਆਏ ਹਾਂ ਖੁਦਾਵੰਦ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ੁਰ ਮੇਰੇ ਭੈਣਾਂ ਮੇਰੇ ਭਾਈਆਂ ਨੂੰ ਖੁਦਾਵੰਦ ਯਿਸੂ ਆਪਣੇ ਵੱਡੇ ਤੇ ਫਤਿਹਮੰਦ ਹੱਥ ਨਾਲ ਖੁਦਾਵੰਦ ਯਿਸੂ ਫਿਰ ਤੋਂ ਦੁਆਰਾ ਇਸ ਟੈਲੀਵਿਜ਼ਨ ਸਕਰੀਨ ਦੇ ਸਾਹਮਣੇ ਲੈ ਕੇ ਆਉਂਦਾ ਹੈ ਤਾਂ ਕਿ ਤੇਰੇ ਵਚਨਾਂ ਨੂੰ ਸੁਣ ਸਕੇ ਔਰ ਦੁਖੀ ਮਨ ਤੇਰੇ ਨਾਮ ਵਿੱਚ ਅਸ਼ਾਂਤ ਹੋ ਸਕਣ ਪਰਮੇਸ਼ੁਰ ਔਰ ਖੁਦਾਵੰਦ ਯਿਸੂ ਨਾਲ ਅਸੀਂ ਤੇਰੇ ਨਾਮ ਵਿੱਚ ਲੋਕ ਖੁਦਾਵੰਦ ਜੋ ਅੰਧਕਾਰ ਦੀਆਂ ਸ਼ਕਤੀਆਂ ਦੇ ਦੁਆਰਾ ਜਕੜੇ ਗਏ ਨੇ ਯਿਸੂ ਨਾਮ ਵਿੱਚ ਉਹ ਯਾਦ ਹੋ ਸਕਣ ਪਰਮੇਸ਼ੁਰ ਤੇਰਾ ਸ਼ੁਕਰ ਕਰਦੇ ਹਾਂ ਤੇਰਾ ਧੰਨਵਾਦ ਕਰਦੇ ਤੇਰੀ ਮੁਹੱਬਤ ਵਾਸਤੇ ਪਰਮੇਸ਼ੁਰ ਪਿਤਾ ਯਿਸੂ ਪਿਤਾ ਇਹ ਸਾਰੇ ਪ੍ਰੋਗਰਾਮ ਨੂੰ ਤੁਹਾਡੇ ਪਾਕ ਜਲਾਲੀ ਹੱਥਾਂ ਵਿੱਚ ਦਿੰਦੇ ਹਾਂ ਪ੍ਰਭੂ ਪਰਮੇਸ਼ੁਰ ਸਾਰੇ ਹਿੱਸੇ ਨੂੰ ਤੁਹਾਡੇ ਹੱਥਾਂ ਵਿੱਚ ਦਿੰਦੇ ਹੋਏ ਤੁਹਾਨੂੰ ਇਸ ਹਿੱਸੇ ਦਾ ਖੁਦਾਵੰਦ ਤੁਹਾਨੂੰ ਇਸ ਹਿੱਸੇ ਦਾ ਖੁਦਾਵੰਦ ਯਿਸੂ ਸਾਰਾ ਇੰਚਾਰਜ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ ਪਰਮੇਸ਼ੁਰ ਬੋਲਣ ਵਾਲੇ ਅਸੀਂ ਨਹੀਂ ਬਲਕਿ ਤੁਸੀਂ ਹੋਵੋ ਖੁਦਾਵੰਦ ਤੁਹਾਡਾ ਆਤਮਾ ਸਾਡੇ ਵਿੱਚ ਦੀ ਹੋ ਕੇ ਕਾਰਿਆ ਕਰੇ ਖੁਦਾਵੰਦ ਯਿਸੂ ਤੁਹਾਡਾ ਆਤਮਾ ਸਾਡੇ ਵਿੱਚ ਦੀ ਹੋ ਕੇ ਖੁਦਾ ਨੂੰ ਬੋਲੇ ਔਰ ਤੇਰੇ ਲੋਕਾਂ ਨੂੰ ਬਰਕਤ ਔਰ ਆਸ਼ੀਸ਼ ਦੇ ਜਾਏ ਹਾਲੇਲੂਯਾ ਅੱਜ ਦਾ ਵਚਨ ਖੁਦਾਵੰਦ ਯਿਸੂ ਇੱਕ ਇੱਕ ਦੇ ਜੀਵਨ ਦੇ ਵਿੱਚ ਅਚੰਭਾ ਕਾਰਿਆ ਕਰ ਜਾਏ ਹਾਲੇਲੂਯਾ ਅੱਜ ਦਾ ਵਚਨ ਬਹੁਤ ਸਾਰੇ ਰੋਗੀਆਂ ਨੂੰ ਨਰੋਇਆ ਕਰਨ ਵਾਸਤੇ ਉੱਤਰ ਆਏ ਹਾਲੇਲੂਯਾ ਅੱਜ ਦਾ ਸਾਮਰਥ ਦੇ ਦੁਆਰਾ ਖੁਦਾਵੰਦ ਤੇਰੇ ਲੋਕ ਤੇਰੇ ਨਾਮ ਵਿੱਚ ਨਜਾਤ ਨੂੰ ਪ੍ਰਾਪਤ ਕਰਨ ਖੁਦਾਵੰਦ ਯਿਸੂ ਆਓ ਸਾਡੀ ਪ੍ਰਾਰਥਨਾ ਨੂੰ ਸੁਣੋ ਤੇ ਕਬੂਲ ਕਰੋ ਯਿਸੂ ਪਿਤਾ ਤੁਹਾਡੇ ਸੋਹਣੇ ਤੇ ਜਲਾਲੀ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਝ ਪਾ ਲੈਂਦੇ ਹਾਂ ਆਮੇਨ ਆਮੇਨ ਥੈਂਕ ਯੂ ਜੈਸੀ ਜੈਸੀ ਇੱਕ ਕੁਐਸਚਨ ਤੁਹਾਨੂੰ ਤੁਸੀਂ ਪੁੱਛਾਂਗਾ ਰਾਜਿਆਂ ਦਾ ਬਾਰੇ ਤੁਸੀਂ ਗੱਲ ਕੀਤੀ ਪ੍ਰਭੂ ਦਾ ਰਾਜ ਕਦੋਂ ਆਊਗਾ ਕਿੰਨਾ ਚਿਰ ਅਸੀਂ ਇੰਤਜ਼ਾਰ ਕਰਾਂਗੇ ਕਿਉਂਕਿ ਬਹੁਤ ਸਾਰੇ ਕਈ ਵਾਰੀ ਅਸੀਂ ਸਰਮਨ ਵੀ ਸੁਣਿਆ ਕਈ ਵਾਰੀ ਚਰਚਾਂ ਵਿੱਚ ਵੀ ਸੁਣਿਆ ਜਾਂ ਆਮ ਅਵੈਂਜਲਿਸ ਪਾਸਟਰ ਇਹ ਕਹਿੰਦੇ ਪ੍ਰਭੂ ਯਿਸੂ ਮਸੀਹ ਜਲਦ ਆ ਰਹੇ ਉਹ ਕਿਹੜੀ ਡੇਟ ਹੈ ਕਿਹੜਾ ਮਹੀਨਾ ਕਿਹੜਾ ਸਾਲ ਕਦੋਂ ਪ੍ਰਭੂ ਯਿਸੂ ਜੀ ਆ ਰਹੇ ਕਦੋਂ ਉਹਨਾਂ ਦਾ ਰਾਜ ਕਦੋਂ ਆ ਰਿਹਾ ਪਰਮੇਸ਼ਰ
ਦੇ ਵਿੱਚ ਨੂੰ ਜੇ ਅਸੀਂ ਮਤੀ ਦੀ ਅੰਜੀਲ, ਲੂਕਾ ਦੀ ਅੰਜੀਲ, ਯੋਹੰਨਾ ਦੀ ਅੰਜੀਲ ਇਹਨਾਂ ਨੂੰ ਖੋਲਦੇ ਹਾਂ ਤਾਂ ਉਹਦੇ ਵਿੱਚ ਸਾਫ਼ ਸਾਫ਼ ਕਰਕੇ ਲਿਖਿਆ ਹੈ ਕਿ ਉਸ ਦਿਨ ਨੂੰ ਕੋਈ ਮਨੁੱਖ ਨਹੀਂ ਜਾਣਦਾ ਕਿ ਪਰਮੇਸ਼ਰ ਦਾ ਰਾਜਿਆ ਕਿਸ ਦਿਨ ਕਿਸ ਘੜੀ ਕਿਸ ਪਲ ਆਏਗਾ। ਕਹਿੰਦਾ ਕਿ ਉਹਨਾਂ ਲੋਕਾਂ ਦੇ ਉੱਤੇ ਚੋਰ ਦੀ ਮਾਨੰਦ ਪਰਮੇਸ਼ਰ ਦਾ ਰਾਜਿਆ ਜਿਹੜਾ ਆਏਗਾ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਤਰੇਗਾ, ਜਿਹੜੇ ਲੋਕ ਅੱਜ ਭੁੱਲੇ ਫਿਰਦੇ ਨੇ। ਹਾਂਜੀ, ਸੋ ਪਰਮੇਸ਼ਰ ਦੇ ਉਸ ਆਉਣ ਦੀ ਜਿਹੜੀ ਤਰੀਕ ਹੈ ਉਹ ਕੋਈ ਵੀ ਤਰੀਕ ਬਾਈਬਲ ਦੇ ਵਿੱਚ ਨਹੀਂ ਦਿੱਤੀ ਗਈ, ਪਰ ਵਚਨ ਦੇ ਵਿੱਚ ਨਿਸ਼ਾਨ ਜਿਹੜੇ ਠਹਿਰਾਏ ਗਏ ਨੇ। ਕਹਿੰਦਾ ਜਦੋਂ ਤੁਸੀਂ ਲੜਾਈਆਂ 'ਤੇ ਲੜਾਈਆਂ ਔਰ ਕੌਮ ਕੌਮ ਉੱਤੇ ਚੜ੍ਹਾਈ ਕਰਦੀ ਵੇਖੋ, ਥਾਂ ਥਾਂ 'ਤੇ ਬੁਰੀਆਂ ਖਬਰਾਂ ਦੇ ਸੁਨੇਹੇ ਤੁਹਾਨੂੰ ਆਉਣ, ਸਮਝੋ ਕਿ ਪਰਮੇਸ਼ਰ ਦਾ ਰਾਜ ਨਜ਼ਦੀਕ ਹੈ, ਪਰਮੇਸ਼ਰ ਦੇ ਆਉਣ ਦਾ ਦਿਨ ਜਿਹੜਾ ਹੈ ਉਹ ਨੇੜੇ ਹੈ। ਹਾਂਜੀ, ਬਹੁਤ ਸਾਰੇ ਲੋਕ ਕਹਿੰਦੇ ਹਾਂ ਫਲਾਣੇ ਥਾਂ ਕੁਛ ਐਸੀ ਨਿਊਜ਼ ਆਈ ਆ, ਫਲਾਣਾ ਬੰਦਾ ਐਸਾ ਹੋ ਗਿਆ, ਜਾਂ ਬੈਡ ਨਿਊਜ਼ ਆ ਰਹੀਆਂ ਨੇ, ਪਰ ਨਹੀਂ, ਉਹ ਜਿਹੜੀ ਬੈਡ ਨਿਊਜ਼ ਪਰਮੇਸ਼ਰ ਕਹਿ ਰਹੀ ਅਜੇ ਤੱਕ ਉਹ ਤੱਕ ਨਹੀਂ ਪਹੁੰਚਿਆ ਸਿਲਸਿਲਾ। ਜਦੋਂ ਉਸ ਸਿਲਸਿਲੇ ਤੱਕ ਸੰਸਾਰ ਜਿਹੜਾ ਪਹੁੰਚ ਜਾਏਗਾ ਕਿ ਉਸ ਦਿਨ ਪਰਮੇਸ਼ਰ ਦਾ ਆਉਣਾ ਜਿਹੜਾ ਹੋਵੇਗਾ। ਦੂਸਰੀ ਗੱਲ ਇਹ ਹੈ ਵੀ ਪ੍ਰਭੂ ਦਾ ਰਾਜ ਜਦ ਤੱਕ ਲੋਕ ਹਰੇਕ ਗੁਰਨਾ ਉਹਦੇ ਕਨਵਾਂ ਵਿੱਚ ਨਹੀਂ ਝੁਕੇਗਾ, ਹਰੇਕ ਸਿਰ ਨਹੀਂ ਝੁਕਗਾ ਗੁਰਨਾ ਪ੍ਰਭੂ ਕੀ ਗੱਲ, ਪ੍ਰਭੂ ਉਸ ਤੋਂ ਪਹਿਲਾਂ ਵੀ ਆ ਸਕਦੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਕਈ ਵਾਰੀ ਅਸੀਂ ਯੂਟਿਊਬ 'ਤੇ ਗੂਗਲ 'ਤੇ ਵੀ ਦੇਖੀਆਂ ਗਈਆਂ ਵੀ ਪ੍ਰਭੂ ਕਈ ਕਹਿੰਦੇ ਅਫਵਾਹਾਂ, ਪ੍ਰਭੂ ਯਿਸੂ ਮਸੀਹ ਨੂੰ ਤਾਂ ਮੈਂ ਤਾਂ ਬੱਸ ਵਿੱਚ ਵੀ ਦੇਖਿਆ, ਪ੍ਰਭੂ ਯਿਸੂ ਮਸੀਹ ਨੂੰ ਮੈਂ ਇਸ ਕੰਟਰੀ 'ਚ ਦੇਖਿਆ, ਪ੍ਰਭੂ ਯਿਸੂ ਮਸੀਹ ਦਾ ਉਹ ਇੱਥੇ ਮੈਂ ਕਿਸੇ ਹੋਟਲ 'ਚ ਦੇਖਿਆ, ਇਸ ਤਰ੍ਹਾਂ ਬਹੁਤ ਸਾਰੀਆਂ ਬਲਾ ਬਲਾ ਅਫਵਾਹਾਂ ਉਡਾਉਂਦੇ। ਤੁਸੀਂ ਕੀ ਇਹਨਾਂ ਨੂੰ ਸਮਝੋ? ਬਾਈਬਲ ਦੇ ਵਿੱਚ ਲਿਖਿਆ ਕਿ ਐਸੇ ਬਹੁਤ ਸਾਰੇ ਲੋਕ ਉੱਠਣਗੇ ਜੀ, ਜੋ ਉਹ ਕਹਿਣਗੇ ਕਿ ਮੈਂ ਪ੍ਰਭੂ ਯਿਸੂ ਮਸੀਹ ਉੱਥੇ ਹੈ ਜਾਂ ਇੱਥੇ ਹੈ। ਕਹਿੰਦਾ ਤੁਸੀਂ ਇਹੋ ਜਿਹੀਆਂ ਗੱਲਾਂ 'ਤੇ ਇਤਵਾਰ ਨਹੀਂ ਕਰਨਾ, ਠੀਕ ਹੈ, ਕਿਉਂਕਿ ਪ੍ਰਭੂ ਦਾ ਆਉਣਾ ਜਿਹੜਾ ਹੈ ਉਹ ਇਸ ਤਰੀਕੇ ਨਾਲ ਨਹੀਂ ਹੋਏਗਾ, ਇੱਕ ਸ਼ਖਸ ਉਹਨੂੰ ਨਹੀਂ ਦੇਖੇਗਾ, 10 ਸ਼ਖਸ ਨਹੀਂ ਦੇਖੇਗਾ, ਬਲਕਿ ਪ੍ਰਭੂ ਯਿਸੂ ਮਸੀਹ ਜਦ ਆਏਗਾ ਬੱਦਲਾਂ ਦੇ ਉੱਤੇ ਸਵਾਰ ਹੋ ਕੇ, ਔਰ ਉਹਨੂੰ ਹਰ ਇੱਕ ਅੱਖ ਜਿਹੜੀ ਉਹ ਵੇਖੇਗੀ ਜੀ, ਹਰ ਇੱਕ ਅੱਖ, ਪੂਰਾ ਸੰਸਾਰ ਉਸਨੂੰ ਵੇਖੇਗਾ। ਹਾਂਜੀ, ਔਰ ਇੱਕ ਬੱਸ ਵਿੱਚ ਆਉਣਾ ਜਾਂ ਕਿਸੇ ਹੋਟਲ ਦੇ ਵਿੱਚ ਯਿਸੂ ਮਸੀਹ ਨੂੰ ਮੀਟ ਕਰ ਲੈਣਾ, ਮਤਲਬ ਕਿ ਉਹ ਕਹਿਣਾ ਕਿ ਮੈਨੂੰ, ਮੈਂ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਨਹੀਂ, ਯਿਸੂ ਮਸੀਹ ਇਸ ਤਰੀਕੇ ਨਾਲ ਨਹੀਂ ਆਏਗਾ। ਹਾਂ, ਪ੍ਰਭੂ ਯਿਸੂ ਮਸੀਹ ਦਰਸ਼ਨ ਦੇ ਸਕਦੇ ਆ ਜੀ, ਜੇ ਅਸੀਂ ਪਰਮੇਸ਼ੁਰ ਦੇ ਵਿੱਚ ਪੂਰੇ ਹਾਂ, ਜਾਂ ਪਰਮੇਸ਼ੁਰ ਸਾਨੂੰ ਆਪਣਾ ਸੰਦੇਸ਼ਾ ਦਰਸ਼ਨ ਦੇ ਵਿੱਚ, ਕਈ ਵਾਰ ਲੋਕ ਜਿਹੜੇ ਪਰਮੇਸ਼ੁਰ ਤੋਂ ਬਹੁਤ ਦੂਰ ਹੋਏ ਹੁੰਦੇ ਨੇ ਔਰ ਉਹ ਬਹੁਤ ਸਾਰੇ ਪਾਪ ਦੇ ਵਿੱਚ ਨੇ, ਉਹਨਾਂ ਨੂੰ ਪਰਮੇਸ਼ੁਰ ਦਰਸ਼ਨ ਦੇ ਕੇ ਉਹਨਾਂ ਨੂੰ ਬੁਲਾਉਂਦਾ ਹੈ। ਦਰਸ਼ਨ ਜ਼ਰੂਰ ਅਸੀਂ ਯਿਸੂ ਮਸੀਹ ਦਾ ਦੇਖ ਸਕਦੇ ਹਾਂ, ਪਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਕਹਿਣਾ ਕਿ ਅਸੀਂ ਫਲਾਣੀ ਜਗ੍ਹਾ 'ਤੇ ਫਲਾਣੀ ਬੱਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ, ਨਹੀਂ, ਪ੍ਰਭੂ ਯਿਸੂ ਮਸੀਹ ਦਾ ਆਉਣਾ ਇਸ ਤਰੀਕੇ ਨਾਲ ਨਹੀਂ ਹੋਏਗਾ। ਔਰ ਦੂਸਰੀ ਗੱਲ ਕਿ ਪ੍ਰਭੂ ਯਿਸੂ ਮਸੀਹ ਦਾ ਆਉਣਾ ਜਿਹੜਾ ਹੈ ਉਹ ਤਦ ਤੱਕ ਨਹੀਂ ਹੋਊਗਾ ਜਦ ਤੱਕ ਹਰ ਇੱਕ ਗੁਟਨਾ ਪਰਮੇਸ਼ੁਰ ਦੇ ਅੱਗੇ ਝੁੱਕ ਨਹੀਂ ਜਾਂਦਾ। ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਕਿ ਮੈਂ ਸਭ ਕੌਮਾਂ ਦਾ ਪਰਮੇਸ਼ੁਰ ਹੋਵਾਂਗਾ, ਸਭ ਕੌਮਾਂ ਮੈਨੂੰ ਪਰਮੇਸ਼ੁਰ ਕਹਿਣਗੀਆਂ ਜੀ। ਜਦ ਤੱਕ ਸਭ ਕੌਮਾਂ ਉਸ ਪਰਮੇਸ਼ੁਰ ਨੂੰ ਪਰਮੇਸ਼ੁਰ ਨਹੀਂ ਕਹਿਣਾ ਸ਼ੁਰੂ ਕਰ ਦਿੰਦੀਆਂ, ਤਦ ਤੱਕ ਪ੍ਰਭੂ ਯਿਸੂ ਮਸੀਹ ਦਾ ਆਉਣਾ ਨਾਮੁਮਕਿਨ ਹੈ। ਕਹਿਣ ਦਾ ਮਤਲਬ ਕੋਈ ਬਹਾਨੇਬਾਜ਼ੀ ਨਹੀਂ ਉਸ ਵਿੱਚ ਹੋਊਗੀ ਵੀ ਮੈਂ ਪ੍ਰਭੂ ਜੀ ਮੈਂ ਤੁਹਾਨੂੰ ਵੇਖਿਆ ਨਹੀਂ, ਮੈਂ ਤੁਹਾਡੇ ਬਾਰੇ ਸੁਣਿਆ ਨਹੀਂ ਜੀ। ਜਿਸ ਤਰ੍ਹਾਂ ਹੁਣ ਆਪਾਂ ਟੀਵੀ ਦੇ ਵਿੱਚ ਆ, ਸਾਰੀ ਦੁਨੀਆ ਦੇਖ ਰਹੀ ਹੈ ਇਸ ਨੂੰ, ਇੰਟਰਨੈਟ ਦੇ ਥਰੂ, ਯੂਟਿਊਬ ਦੇ ਥਰੀਏ, ਵੀ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਦ ਤੱਕ ਉਹ ਹਰੇਕ ਇਨਸਾਨ ਤੋਬਾ ਨਾ ਕਰ ਲਊਗਾ, ਪ੍ਰਭੂ ਯਿਸੂ ਮਸੀਹ ਦੇ ਬਾਰੇ ਜਾਣ ਨਾ ਲਊਗਾ, ਪ੍ਰਭੂ ਜਾਣ ਨਾ ਲਊਗਾ। ਹਾਂਜੀ, ਤੋਬਾ ਜ਼ਰੂਰੀ ਨੇ ਕਿ ਸਾਰੇ ਤੋਬਾ ਕਰਨਗੇ ਜੀ, ਜਦ ਤੱਕ ਹਰ ਇੱਕ ਦੇ ਕੋਲ ਖੁਸ਼ਖਬਰੀ ਦਾ ਪੈਗਾਮ ਨਹੀਂ ਪਹੁੰਚ ਜਾਂਦਾ ਜੀ, ਖੁਸ਼ਖਬਰੀ ਦਾ ਪੈਗਾਮ ਹਰ ਇੱਕ ਕੰਨ ਤੱਕ ਪਹੁੰਚਾਇਆ ਜਾਏਗਾ। ਚਲੀਏ ਅੱਜ ਦੇ ਟੌਪਿਕ ਦੇ ਬਾਰੇ ਦੱਸੋ, ਅੱਜ ਦਾ ਟੌਪਿਕ ਕੀ ਤੁਸੀਂ ਲੈ ਕੇ ਆ ਰਹੇ ਹੋ? ਅੱਜ ਦੇ ਟੌਪਿਕ ਦਾ ਨਾਮ ਹੈ ਬੀ ਸੀਰੀਅਸ ਵਿਦ ਯੂਰ ਲੋਰਡ ਜੀ, ਗੰਭੀਰਤਾ ਨਾਲ ਪ੍ਰਭੂ ਯਿਸੂ ਦੇ ਪਰਮੇਸ਼ਰ ਦੇ ਨਾਲ ਚੱਲੇ। ਥੈਂਕ ਯੂ ਭਾਈ, ਥੈਂਕ ਯੂ। ਆਈਏ ਅਸੀਂ ਵਚਨ ਦੇ ਵੱਲ ਨੂੰ ਵੱਧਦੇ ਹਾਂ ਕਿ ਪਰਮੇਸ਼ਰ ਦਾ ਵਚਨ ਜਿਹੜਾ ਹੈ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ। ਸਾਡੇ ਟੌਪਿਕ ਦੇ ਨਾਮ ਤੋਂ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਟੌਪਿਕ ਦਾ ਨਾਮ ਹੈ ਕਿ ਬੀ ਸੀਰੀਅਸ ਵਿਦ ਯੂਰ ਗੋਡ, ਆਪਣੇ ਪਰਮੇਸ਼ਰ ਦੇ ਨਾਲ ਬੜੇ ਗੰਭੀਰ ਹੋ ਜਾਈਏ, ਬੜੇ ਗੂੜੇ ਰਿਸ਼ਤੇ ਦੇ ਵਿੱਚ ਚਲ ਜਾਈਏ, ਆਪਣੇ ਪਰਮੇਸ਼ੁਰ ਦੇ ਨਾਲ ਇਸ ਤਰੀਕੇ ਨਾਲ ਰਿਸ਼ਤਾ ਸੰਬੰਧ ਜਿਹੜਾ ਬਣਾ ਲਈਏ ਕਿ ਜਿਵੇਂ ਇੱਕ ਬਾਪ ਦੀ ਬੇਟਾ ਗੱਲ ਸੁਣਦਾ ਹੈ ਅਤੇ ਉਹਦੇ ਨਾਲ ਉਹਦੀ ਗੱਲ ਉੱਤੇ ਧਿਆਨ ਦਿੰਦਾ ਹੈ ਔਰ ਉਹਦੇ ਹੁਕਮ ਤੋਂ ਬਿਨਾਂ ਇੱਧਰ ਉੱਧਰ ਨਹੀਂ ਜਾਂਦਾ, ਇਸੇ ਤਰ੍ਹਾਂ ਅਸੀਂ ਆਪਣੇ ਲਾਈਫ ਦਾ ਜਿਹੜਾ ਪੈਟਰਨ ਹੈ ਸੈਟਅਪ ਕਰੀਏ, ਕਿਉਂਕਿ ਕੁਛ ਲਾਈਫ ਇਸ ਟੈਲੀਵਿਜ਼ਨ ਸਕਰੀਨ ਦੇ ਸਾਹਮਣੇ ਬੈਠੀਆਂ ਹੋਣਗੀਆਂ ਜਿਹੜੀਆਂ ਆਪਣੇ ਪਰਮੇਸ਼ੁਰ ਦੇ ਨਾਲ ਸੀਰੀਅਸਲੀ ਨਹੀਂ ਚੱਲਦੀਆਂ, ਜਿਹੜਾ ਬੋਲਦੇ ਤਾਂ ਹੋਣਗੇ ਕਿ ਸਾਡਾ ਪ੍ਰਭੂ, ਸਾਡਾ ਪਰਮੇਸ਼ੁਰ, ਸਾਡਾ ਰੱਬ, ਸਾਡਾ ਖੁਦਾ, ਪਰ ਉਸ ਖੁਦਾ ਦੀ ਆਵਾਜ਼ ਨੂੰ ਸੁਣਨ ਵਾਸਤੇ ਉਹ ਤਿਆਰ ਨਹੀਂ ਹੋਣਗੇ।
ਸੋ ਇਸ ਕਰਕੇ ਅੱਜ ਦਾ ਜਿਹੜਾ ਵਚਨ ਹੈ ਸਾਨੂੰ ਸੁਚੇਤ ਕਰਨ ਵਾਸਤੇ ਸਾਡੇ ਜੀਵਨ ਦੇ ਵਿੱਚ ਪਰਮੇਸ਼ੁਰ ਦੇਣ ਵਾਸਤੇ ਜਾ ਰਿਹਾ ਹੈ ਕਿ ਜੋ ਸਾਡੇ ਪਰਮੇਸ਼ੁਰ ਦਾ ਪੈਟਰਨ ਹੈ ਉਸ ਪੈਟਰਨ ਦੇ ਦੁਆਰਾ ਅਸੀਂ ਆਪਣੀ ਲਾਈਫ ਨੂੰ ਜਿਹੜਾ ਗੁਜ਼ਾਰਨਾ ਸਿੱਖੀਏ, ਤਾਂ ਕਿ ਕਿਉਂਕਿ ਪਰਮੇਸ਼ੁਰ ਜਿਹੜਾ ਹੈ ਉਹ ਇੱਕ ਮਜ਼ਾਕ ਨਹੀਂ ਹੈ ਕਿ ਇੱਕ ਪਲ ਅਸੀਂ ਆਪਣੇ ਪਰਮੇਸ਼ੁਰ ਦੇ ਨਾਲ ਬੜਾ ਗੂੜਾ ਰਿਸ਼ਤਾ ਔਰ ਦੂਸਰੇ ਪਲ ਆਪਣੇ ਪਰਮੇਸ਼ੁਰ ਦੇ ਬਾਰੇ ਵਿੱਚ ਬੜੀਆਂ ਬੁਰੀਆਂ ਗੱਲਾਂ। ਜਦੋਂ ਪਰਮੇਸ਼ੁਰ ਨੇ ਅੱਛਾ ਅੱਛਾ ਕੁਛ ਦਿੱਤਾ ਤੇ ਪਰਮੇਸ਼ੁਰ ਸਾਡਾ ਮਹਾਨ ਹੈ, ਪਰਮੇਸ਼ੁਰ ਸਾਡਾ ਧਨੀ ਹੈ, ਪਰਮੇਸ਼ੁਰ ਸਾਡਾ ਰਹਿਮ ਦਾ ਕਰਤਾ ਹੈ, ਪਰਮੇਸ਼ੁਰ ਸਾਡਾ ਨਿਆਈ ਹੈ, ਪਰਮੇਸ਼ੁਰ ਦੀਆਂ ਅੱਖਾਂ ਸਾਡੇ ਉੱਤੇ ਲੱਗੀਆਂ ਰਹਿੰਦੀਆਂ ਨੇ, ਉਹ ਸਾਡੀਆਂ ਗੱਲਾਂ ਨੂੰ ਹਮੇਸ਼ਾ ਸੁਣਦਾ ਹੈ, ਕਿਉਂਕਿ ਉਸ ਪਰਮੇਸ਼ੁਰ ਨੇ ਆਖਿਆ ਹੈ ਕਿ ਧਰਮੀਆਂ ਨੇ ਗੱਲਾਂ ਕੀਤੀਆਂ ਤੇ ਪਰਮੇਸ਼ੁਰ ਨੇ ਧਿਆਨ ਦੇ ਕੇ ਕੰਨ ਲਾ ਕੇ ਸੁਣੀਆਂ। ਬਹੁਤ ਸਾਰੇ ਐਸੇ ਜਿਹੜੇ ਬਾਈਬਲ ਦੇ ਵਚਨ ਨੇ ਅਸੀਂ ਉਹਨਾਂ ਨੂੰ ਬੋਲਦੇ ਹਾਂ, ਪਰ ਜਿਵੇਂ ਹੀ ਕੁਛ ਮੁਸ਼ਕਿਲ ਆਈ ਤੇ ਸਾਡਾ ਰਿਸ਼ਤਾ ਪਰਮੇਸ਼ੁਰ ਦੇ ਨਾਲ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰ੍ਹਾਂ ਹੀ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਾਂ। ਨਹੀਂ, ਪਰਮੇਸ਼ੁਰ ਕਹਿੰਦਾ ਕਿ ਅਸੀਂ ਹਰ ਸਿਚੁਏਸ਼ਨ ਦੇ ਵਿੱਚ, ਹਰ ਬੁਰੇ ਉਸ ਹਾਲਾਤ ਦੇ ਵਿੱਚ ਆਪਣੇ ਪਰਮੇਸ਼ੁਰ ਦੇ ਨਾਲ ਆਪਣੀ ਸੇਮ ਮੁਹੱਬਤ ਨੂੰ ਰੱਖੀਏ, ਆਪਣੀ ਸੇਮ ਮੁਹੱਬਤ ਨੂੰ ਜਾਰੀ ਰੱਖੀਏ, ਆਪਣੇ ਸੋਚਾਂ ਆਪਣੇ ਵਿਚਾਰਾਂ ਦੇ ਨਾਲ ਆਪਣੀ ਮੁਹੱਬਤ ਨੂੰ ਨਾ ਬਦਲੀਏ, ਆਪਣੀ ਬੋਲੀ ਦੇ ਨਾਲ ਆਪਣੀ ਪਰਮੇਸ਼ੁਰ ਦੀ ਮੁਹੱਬਤ ਨੂੰ ਨਾ ਬਦਲੀਏ। ਅਸੀਂ ਜੋ ਕੁਛ ਪਰਮੇਸ਼ੁਰ ਦੇ ਨਾਲ ਕਹਿੰਦੇ ਹਾਂ ਉਸਨੂੰ ਕਰ ਵਿਖਾਈਏ। ਬਹੁਤ ਵਾਰ ਐਸਾ ਹੁੰਦਾ ਜਦੋਂ ਇਨਸਾਨ ਆਪਣੇ ਦੁੱਖ ਦੇ ਵਿੱਚ ਹੁੰਦਾ ਤੇ ਪਰਮੇਸ਼ੁਰ ਦੇ ਨਾਲ ਵੱਡੇ ਵੱਡੇ ਵਾਅਦੇ ਕਰਦਾ ਹੈ, ਪ੍ਰਭੂ ਜੀ ਤੂੰ ਮੇਰੇ ਫਲਾਣੇ ਦੁੱਖ ਦੇ ਵਿੱਚੋਂ ਮੈਨੂੰ ਬਾਹਰ ਕੱਢ ਦੇ, ਤਾਂ ਮੈਂ ਤੇਰੇ ਘਰ ਦੇ ਵਿੱਚ ਇਹ ਕੰਮ ਕਰਾਂਗਾ, ਮੈਂ ਤੇਰੇ ਭਵਨ ਨੂੰ ਇਸ ਚੀਜ਼ ਨਾਲ ਸਵਾਰਾਂਗਾ, ਜਾਂ ਤੇਰੇ ਘਰ ਦੇ ਵਿੱਚ ਇੰਨਾ ਜਿਹੜਾ ਰੁਪਇਆ ਪੈਸਾ ਜਿਹੜਾ ਚੜਾਵਾਂਗਾ। ਆਮ ਸੋਰੀ, ਪਰਮੇਸ਼ੁਰ ਤੁਹਾਡੇ ਰੁਪਏ ਪੈਸੇ ਦਾ ਭੁੱਖਾ ਤੇ ਪਿਆਸਾ ਨਹੀਂ ਹੈ, ਤੁਹਾਡੀ ਲਾਈਫ ਦਾ ਪਿਆਸਾ ਹੈ। ਪਰਮੇਸ਼ੁਰ ਕ੍ਰੋਸ ਤੇ ਚੜ ਕੇ ਪ੍ਰਭੂ ਯਿਸੂ ਮਸੀਹ ਨੇ ਐਵੇਂ ਨਹੀਂ ਕਹਿ ਦਿੱਤਾ ਕਿ ਮੈਂ ਪਿਆਸਾ ਹੂੰ, ਇਸ ਦਾ ਮਤਲਬ ਸਿਰਫ ਉਹਦੇ ਉਸ ਪਿਆਰ ਦਾ ਲਬਾ ਦਾ ਸੁੱਕਣਾ ਨਹੀਂ ਹੈ, ਇਹਦਾ ਮਤਲਬ ਕਿ ਸੱਚਮੁੱਚ ਪਰਮੇਸ਼ੁਰ ਸਾਡੀਆਂ ਜਾਨਾਂ ਦਾ ਪਿਆਸਾ ਹੈ ਕਿ ਸਾਡੀਆਂ ਜਾਨਾਂ ਉਹਦੇ ਨਾਲ ਸੀਰੀਅਸ ਹੋ ਜਾਣ, ਸਾਡੀਆਂ ਸਿਚੁਏਸ਼ਨ ਉਹਦੇ ਨਾਲ ਅਸੀਂ ਬਣਾ ਲਈਏ, ਅਸੀਂ ਆਪਣੇ ਆਪ ਨੂੰ ਐਸਾ ਬਣਾ ਲਈਏ ਕਿ ਕਿਸੇ ਵੀ ਸਿਚੁਏਸ਼ਨ ਵਿੱਚ ਹੋਈਏ ਆਪਣੇ ਪਿਆਰ ਪਰਮੇਸ਼ੁਰ ਦੇ ਪਿਆਰ ਦੇ ਵਿੱਚ ਫਿੱਕੇ ਨਾ ਪਈਏ। ਜੋ ਪਰਮੇਸ਼ੁਰ ਦੇ ਨਾਲ ਅਸੀਂ ਦੁੱਖ ਦੇ ਵਿੱਚ ਵਾਅਦਾ ਕੀਤਾ ਸੀ ਉਹ ਪਰਮੇਸ਼ੁਰ ਦੇ ਨਾਲ ਸੁੱਖ ਦੇ ਵਿੱਚ ਵੀ ਪੂਰਾ ਕਰੀਏ। ਪਾਸਟਰ ਜੀ ਇੱਕ ਗੱਲ ਸੁਣਾਉਂਦੇ ਨੇ ਕਿ ਕੋਈ ਆਦਮੀ ਪਾਣੀ ਦੇ ਵਿੱਚ ਡੁੱਬ ਰਿਹਾ ਸੀ, ਔਰ ਪਾਣੀ ਦੇ ਵਿੱਚ ਡੁੱਬ ਰਿਹਾ ਸੀ ਔਰ ਪਰਮੇਸ਼ੁਰ ਨੂੰ ਕਹਿ ਰਿਹਾ ਰੱਬਾ ਮੈਨੂੰ ਬਚਾ ਲਾ, ਔਰ ਜਦ ਤੈਨੂੰ ਮੈਨੂੰ ਤੂੰ ਬਚਾਏਗਾ ਤੇ ਮੈਂ ਬਾਹਰ ਨਿਕਲ ਕੇ ਚੌਲਾਂ ਦੀ ਇੱਕ ਦੇਗ ਦੇਵਾਂਗਾ। ਔਰ ਜਿਵੇਂ ਕਹਿੰਦੇ ਉਹ ਪਾਣੀ ਦੇ ਕਿਨਾਰੇ ਤੇ ਗਿਆ ਔਰ ਰੱਬ ਨੂੰ ਕਹਿੰਦਾ ਕਿਹੜੀ ਦੇਗ, ਪਰਮੇਸ਼ੁਰ ਨੇ ਕਹਿੰਦੇ ਕਿ ਇੱਕ ਪਾਣੀ ਦੀ ਦਫ ਲਫ ਲਿਆਂਦੀ ਉਹਨੂੰ ਅੰਦਰ ਜਾ ਕੇ ਫਿਰ ਪਾਣੀ ਦੇ ਵਿੱਚ ਲੈ ਗਈ। ਕਹਿੰਦਾ ਨਹੀਂ ਪਰਮੇਸ਼ੁਰ, ਮੈਂ ਤਾਂ ਪੁੱਛਿਆ ਸੀ ਮਿੱਠਿਆਂ ਦੀ ਕਿ ਲੂਣਿਆਂ ਦੀ। ਅੱਜ ਸੰਸਾਰ ਵਿੱਚ ਸੱਚਮੁੱਚ ਐਸਾ ਲੋਕਾਂ ਦਾ ਜਿਹੜਾ ਰਿਸ਼ਤਾ ਪਰਮੇਸ਼ੁਰ ਨਾਲ ਹੋ ਗਿਆ ਹੈ ਕਿ ਜਦੋਂ ਡੁੱਬਦੇ ਪਏ ਨੇ, ਜਦੋਂ ਦੁੱਖਾਂ ਵਿੱਚ ਨੇ, ਜਦੋਂ ਬਿਮਾਰੀਆਂ ਦੇ ਵਿੱਚ ਨੇ, ਜਦੋਂ ਕਸ਼ਟਾਂ ਦੇ ਵਿੱਚ ਨੇ, ਜਦੋਂ ਵੀਜ਼ਾ ਇਮੀਗ੍ਰੇਸ਼ਨ ਦੀ ਪ੍ਰੋਬਲਮਸ ਆ ਰਹੀਆਂ ਨੇ, ਜਦੋਂ ਧੀਆਂ ਪੁੱਤਰਾਂ ਦੀ ਔਲਾਦ ਪਰਮੇਸ਼ੁਰ ਨੇ ਨਹੀਂ ਦਿੱਤੀ, ਉਦੋਂ ਪਰਮੇਸ਼ੁਰ ਦੇ ਨਾਲ ਤੇ ਪਰਮੇਸ਼ੁਰ ਦੇ ਦਾਸਾਂ ਦੇ ਨਾਲ ਬੜੇ ਹੀ ਵਫਾਦਾਰ, ਬੜੇ ਹੀ ਸੀਰੀਅਸ ਹੋ ਕੇ ਚੱਲਣ ਵਾਲੇ, ਪਰਮੇਸ਼ੁਰ ਦੇ ਵਚਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤੋਂ ਇੱਕ ਪਲ ਵੀ ਨਹੀਂ ਹਟਾਉਂਦੇ। ਜਿਵੇਂ ਹੀ ਪਰਮੇਸ਼ੁਰ ਨੇ ਬਰਕਤ ਦਿੱਤੀ, ਇਮੀਗ੍ਰੇਸ਼ਨ ਦੇ ਦਰਵਾਜ਼ੇ ਖੋਲ੍ਹੇ, ਜਿਵੇਂ ਹੀ ਪਰਮੇਸ਼ੁਰ ਨੇ ਜੌਬ ਦੀ ਪ੍ਰੋਬਲਮਸ ਜਿਹੜੀ ਉਹ ਖਤਮ ਕੀਤੀ, ਘਰ ਦੇ ਵਿੱਚ ਬੱਚਿਆਂ ਦੀਆਂ ਚਲਕਾਰੀਆਂ ਜਿਹੜੀਆਂ ਗੁੰਜਣੀਆਂ ਸ਼ੁਰੂ ਹੋਈਆਂ, ਉਦੋਂ ਹੀ ਕਿਹੜਾ ਪਰਮੇਸ਼ੁਰ ਸਾਡਾ ਟਾਈਮ ਨਹੀਂ ਹੈ ਤੇਰੇ ਘਰ ਵਿੱਚ ਆਉਣ ਦਾ, ਪਰਮੇਸ਼ੁਰ ਸਾਡੇ ਕੋਲ ਟਾਈਮ ਨਹੀਂ ਹੈ 4 ਮਿੰਟ ਪ੍ਰਾਰਥਨਾ ਦੇ ਵਿੱਚ ਗੁਜ਼ਾਰਨ ਦਾ, ਪਰਮੇਸ਼ੁਰ ਸਾਡਾ ਟਾਈਮ ਨਹੀਂ ਹੈ ਕਿ ਅਸੀਂ ਤੇਰੇ ਵਚਨ ਨੂੰ ਸੁਣੀਏ ਜਾਂ ਉਹਦੇ ਉੱਤੇ ਚੱਲੀਏ। ਇਹ ਕੈਸੀ ਮੁਹੱਬਤ ਹੈ ਕਿ ਅਸੀਂ ਟਰੂ ਮਸੀਹੀ ਹਾਂ, ਕਿ ਅਸੀਂ ਸੱਚਮੁੱਚ ਸੱਚੇ ਮਸੀਹੀ ਹਾਂ, ਕਿ ਸੱਚਮੁੱਚ ਸਾਡੀ ਮੁਹੱਬਤ ਮਸੀਹ ਦੇ ਨਾਲ ਹੈ, ਕਿ ਸੱਚਮੁੱਚ ਅਸੀਂ ਮਸੀਹ ਦੇ ਪੈਟਰਨਾਂ ਦੇ ਨਾਲ ਚੱਲਦੇ ਹਾਂ, ਕਿ ਸੱਚਮੁੱਚ ਜਿਵੇਂ ਪਰਮੇਸ਼ੁਰ ਦੇ ਨਾਲ ਅਸੀਂ ਪਹਿਲਾਂ ਪਿਆਰ ਦੇ ਵਿੱਚ ਰੰਗੇ ਹੋਏ ਸੀ ਅੱਜ ਵੀ ਹਾਂ, ਕਿ ਦੁੱਖ ਦੇ ਵੇਲੇ ਹੀ ਦੁੱਖ ਚੋਂ ਨਿਕਲਣ ਦੇ ਵਾਸਤੇ ਹੀ ਪਰਮੇਸ਼ੁਰ ਨੂੰ ਮਸਕਾ ਲਾ ਰਹੇ ਸੀ। ਪਰਮੇਸ਼ੁਰ ਸਭ ਜਾਣਦਾ ਹੈ,
ਸਾਡੇ ਅੰਦਰ ਦੀਆਂ ਗੱਲਾਂ ਜਿੰਨੀਆਂ ਅਸੀਂ ਖੁਦ ਨਹੀਂ ਜਾਣਦੇ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਜੀਵਨ ਵਿੱਚ ਕੀ ਹੋਏਗਾ, ਉਹਨੇ ਉਸ ਤੋਂ ਵੱਧ ਕੇ ਪਰਮੇਸ਼ਰ ਵਧੀਕ ਸਾਨੂੰ ਜਾਣਦਾ ਹੈ। ਅਸੀਂ ਬਾਡੀ ਦੇ ਸਭ ਅੰਗਾਂ ਤੋਂ ਵਾਕਫ ਹਾਂ ਕਿ ਸਾਡੀ ਬਾਡੀ ਦੇ ਵਿੱਚ ਅੰਗ ਕਿੰਨੇ ਨੇ, ਹੱਡੀਆਂ ਕਿੰਨੀਆਂ ਨੇ, ਨਾੜਾਂ ਕਿੰਨੀਆਂ ਨੇ, ਸਭ ਵਾਕਫ ਹਾਂ। ਪਰ ਸਿਰ ਦੇ ਬਾਲਾਂ ਤੋਂ ਵਾਕਫ ਨਹੀਂ ਹੁੰਦੇ ਕਿ ਸਿਰ ਦੇ ਬਾਲ ਕਿੰਨੇ ਨੇ, ਪਰ ਪਰਮੇਸ਼ਰ ਸਾਡੇ ਸਿਰ ਦੇ ਬਾਲਾਂ ਤੋਂ ਵੀ ਵਾਕਫ ਹੈ ਕਿ ਸਾਡੇ ਸਿਰ ਦੇ ਬਾਲ ਕਿੰਨੇ ਨੇ। ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪਰਮੇਸ਼ਰ ਦੇ ਨਾਲ ਅਸੀਂ ਬੇਵਫਾਈ ਕਰਾਂਗੇ ਉਹਦੇ ਬਾਰੇ ਵੀ ਪਰਮੇਸ਼ਰ ਜਾਣੂ ਹੈ। ਇਹ ਮਤ ਜਾਣੀਏ, ਇਹ ਮਤ ਸੋਚੀਏ ਕਿ ਪਰਮੇਸ਼ਰ ਸਾਡੀ ਕਿਸੇ ਗੱਲ ਤੋਂ ਖਬਰ ਨਹੀਂ ਹੈ। ਪਰਮੇਸ਼ਰ ਨੂੰ ਸਭ ਖਬਰ ਹੈ। ਇਸੇ ਕਰਕੇ ਪ੍ਰਕਾਸ਼ ਦੀ ਪੋਥੀ 2:4 ਦੇ ਵਿੱਚ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਕਿਹਾ ਜਿਹੜੇ ਲੋਕ ਪਰਮੇਸ਼ਰ ਦੀ ਮੁਹੱਬਤ ਤੋਂ ਬੇਮੁੱਖ ਹੋ ਗਏ ਨੇ, ਜਿਹੜੇ ਲੋਕ ਪਰਮੇਸ਼ਰ ਤੋਂ ਮੁੜ ਕੇ ਦੂਸਰੇ ਪਾਸੇ ਨੂੰ ਚਲੇ ਗਏ ਨੇ, ਉਹਨਾਂ ਨੂੰ ਪਰਮੇਸ਼ਰ ਅੱਜ ਆਵਾਜ਼ ਦੇ ਕੇ ਪ੍ਰਕਾਸ਼ ਦੀ ਪੋਥੀ 2:4 ਦੇ ਵਿੱਚ ਕਹਿ ਰਿਹਾ ਹੈ ਕਿ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਗਿਲਾ ਹੈ ਭਈ ਤੂੰ ਆਪਣੇ ਪਹਿਲੇ ਪ੍ਰੇਮ ਨੂੰ ਛੱਡ ਬੈਠਾ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮਾਂ ਨੂੰ ਕਰ ਕਿ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ ਸ਼ਮਾਦਾਨ ਨੂੰ ਬਜਾ ਸ਼ਮਾਦਾਨ ਨੂੰ ਉਸ ਥਾਂ ਤੋਂ ਹਟਾ ਦਿਆਂਗਾ। ਪਰਮੇਸ਼ਰ ਇੱਥੇ ਵਾਰਨ ਕਰ ਰਹੇ ਨੇ, ਕਹਿੰਦੇ ਨੇ ਕਿ ਆਪਣੀ ਪਹਿਲੀ ਹੀ ਮੁਹੱਬਤ ਨੂੰ ਕਰ। ਕਹਿੰਦਾ ਮੈਨੂੰ ਤੇਰੇ ਤੇ ਥੋੜਾ ਜਿਹਾ ਗਿਲਾ ਹੈ, ਤੂੰ ਉਸ ਮੁਹੱਬਤ ਤੋਂ ਕੁਰਾਏ ਪੈ ਗਿਆ ਹਾਂ, ਤੇਰੀ ਮੁਹੱਬਤ ਹੁਣ ਉਹ ਨਹੀਂ ਰਹੀ, ਤੇਰੇ ਨਾਲ ਤੇਰਾ ਪਿਆਰ ਜਿਹੜਾ ਮੇਰੇ ਨਾਲ ਉਹ ਨਹੀਂ ਰਿਹਾ, ਤੇਰਾ ਪਿਆਰ ਜਿਹੜਾ ਉਹ ਠੰਡਾ ਪੈ ਗਿਆ ਹੈ, ਤੇਰੇ ਵਾਅਦੇ ਜਿਹੜੇ ਉਹ ਮੱਠੇ ਪੈ ਗਏ ਨੇ, ਤੂੰ ਆਪਣੇ ਵਾਅਦਿਆਂ ਦੇ ਵਿੱਚ ਪੂਰਾ ਤੇ ਖਰਾ ਇਨਸਾਨ ਨਹੀਂ ਹੈ। ਪਰਮੇਸ਼ਰ ਕਹਿੰਦਾ ਕਿ ਚੇਤੇ ਕਰ ਕਿ ਤੂੰ ਕਿੱਥੋਂ ਡਿੱਗਾ ਹੈ। ਉਸ ਮਨੁੱਖ ਨੂੰ, ਉਸ ਸ਼ਖਸ ਨੂੰ ਕਹਿ ਰਿਹਾ ਹੈ ਜਿਹੜਾ ਦੁੱਖ ਦੇ ਵਿੱਚ ਸੀ, ਜਿਹਨੂੰ ਪਰਮੇਸ਼ਰ ਨੇ ਸੁਖਦਾਇਕ ਦੇ ਪਾਣੀਆਂ ਉੱਤੇ ਲੈ ਆਂਦਾ, ਜਿਹੜਾ ਡੁੱਬਦਾ ਪਿਆ ਸੀ ਜਿਹਨੂੰ ਬਾਹਰ ਲਿਆ ਕੇ ਸੁੱਕੀ ਜਗ੍ਹਾ ਦੇ ਉੱਤੇ ਖਿਲਾਰ ਦਿੱਤਾ, ਉਹ ਇਨਸਾਨ ਨਾਲ ਪਰਮੇਸ਼ਰ ਗੱਲ ਕਰ ਰਿਹਾ ਜਿਹੜਾ ਬੱਚਿਆਂ ਦੀ ਦਾਤ ਨੂੰ ਲੋਚ ਰਿਹਾ ਸੀ, ਬੱਚੇ ਨਹੀਂ ਸੀ। ਪਰਮੇਸ਼ਰ ਨੇ ਪ੍ਰਾਰਥਨਾ ਦੇ ਵਸੀਲੇ, ਆਪਣੇ ਸੰਤਾਂ, ਆਪਣੇ ਦਾਸਾਂ ਦੇ ਵਸੀਲੇ ਨਾਲ ਆਪਣੇ ਉਹਨਾਂ ਲੋਕਾਂ ਨੂੰ ਭਰ ਦਿੱਤਾ। ਉਹਨਾਂ ਲੋਕਾਂ ਨਾਲ ਅੱਜ ਪਰਮੇਸ਼ਰ ਬੋਲ ਰਿਹਾ ਹੈ, ਜਿਹੜੇ ਲੋਕ ਬੇਰੁਜ਼ਗਾਰ ਸੀ ਪਰਮੇਸ਼ਰ ਨੇ ਉਹਨਾਂ ਦੇ ਰੁਜ਼ਗਾਰ ਨੂੰ ਖੋਲ੍ਹ ਦਿੱਤਾ। ਔਰ ਜਦੋਂ ਬੇਰੁਜ਼ਗਾਰ ਸੀ ਤੇ ਕਹਿੰਦੇ ਸੀ ਪਰਮੇਸ਼ਰ ਤੂੰ ਦੇ ਕੇ ਸਾਨੂੰ ਵੇਖ, ਵੇਖ ਅਸੀਂ ਤੇਰੇ ਕੰਮ ਕਿਵੇਂ ਕਰਦੇ ਹਾਂ। ਤੇ ਅੱਜ ਪਰਮੇਸ਼ਰ ਤੂੰ ਪਿੱਛੇ ਹੋ ਗਏ, ਕਹਿੰਦੇ ਸਾਡਾ ਟਾਈਮ ਨਹੀਂ ਜੀ, ਇਹ ਕੰਮ ਵੇਲੜਾਂ ਦਾ ਹੈ, ਪ੍ਰਭੂ ਦਾ ਕੰਮ ਕਰਨਾ ਇਹ ਵੇਲੜਾਂ ਦਾ ਕੰਮ ਹੈ। ਪਰਮੇਸ਼ਰ ਦੇ ਦਾਸਾਂ ਨੂੰ ਵੇਲੜ ਸੱਦਿਆ ਜਾਂਦਾ ਹੈ। ਮੇਰੇ ਅਜ਼ੀਜ਼ੋ, ਯਾਦ ਕਰੋ ਪਰਮੇਸ਼ਰ ਨੇ ਤੁਹਾਨੂੰ ਕਿਸ ਜਗ੍ਹਾ ਤੋਂ ਉਤਾਂਠ ਕੀਤਾ ਹੈ। ਜਦ ਤੁਸੀਂ ਡਿੱਗ ਚੁੱਕੇ ਸੀ, ਜਦ ਤੁਸੀਂ ਕਮਜ਼ੋਰ ਹੋ ਚੁੱਕੇ ਸੀ, ਜਦ ਤੁਸੀਂ ਬਿਲਕੁਲ ਰੱਦ ਕੀਤੇ ਗਏ ਸਾਂ, ਜਦ ਤੁਸੀਂ ਬਦਸੂਰਤ ਹੋ ਗਏ ਸੀ, ਤਦ ਪਰਮੇਸ਼ਰ ਨੇ ਆਪਣੀ ਮੁਹੱਬਤ ਨੂੰ ਤੁਹਾਡੇ ਉੱਤੇ ਪ੍ਰਗਟ ਕੀਤਾ, ਤੁਹਾਡੇ ਉੱਤੇ ਵੱਡੀ ਦਇਆ ਕੀਤੀ। ਅੱਜ ਤੁਸੀਂ ਪਰਮੇਸ਼ਰ ਤੋਂ ਬੇਮੁੱਖ ਹੋ ਗਏ ਹੋ, ਅੱਜ ਸੁੱਖ ਦੇ ਦਿਨ ਹੋ ਗਏ ਹੈ ਤੇ ਆਪਣੇ ਪਰਮੇਸ਼ਰ ਨੂੰ ਚੇਤਾ ਭੁਲਾ ਦਿੱਤਾ ਹੈ। ਮੇਰੇ ਅਜ਼ੀਜ਼ੋ, ਸਚੇਤ ਹੋ ਜਾਓ। ਜਿਵੇਂ ਤੁਹਾਨੂੰ ਤੇ ਮੈਨੂੰ ਪਰਮੇਸ਼ਰ ਦੇ ਵਾਅਦੇ ਚੇਤੇ ਕਰਾਉਣੇ ਆਉਂਦੇ ਨੇ ਨਾ, ਉਸੇ ਤਰ੍ਹਾਂ ਮੇਰੇ ਸੋਹਣੇ ਸਿਰਜਣਹਾਰੇ ਨੂੰ, ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ, ਉਸਨੂੰ ਆਪਣੇ ਹਰ ਇੱਕ ਉਹ ਤੁਹਾਡੇ ਵਾਅਦੇ ਜਿਹੜੇ ਚੇਤੇ ਨੇ, ਜੋ ਤੁਸੀਂ ਪ੍ਰਾਰਥਨਾ ਦੇ ਵਸੀਲੇ ਪਰਮੇਸ਼ਰ ਦੇ ਅੱਗੇ ਰੱਖਦੇ ਹੋ ਕਿ ਪਰਮੇਸ਼ਰ ਜੋ ਤੂੰ ਮੇਰੇ ਉੱਤੇ ਦਇਆ ਕਰੇਗਾ, ਮੈਂ ਤੇਰੇ ਲਈ ਇਹ ਕੰਮ ਕਰਨ ਨੂੰ ਤਿਆਰ ਹਾਂ। ਜੇ ਤੁਸੀਂ ਨਹੀਂ ਕਰਦੇ ਤਾਂ ਪਰਮੇਸ਼ਰ ਨੂੰ ਉਹ ਚੇਤੇ ਹੈ, ਤਾਂ ਪਰਮੇਸ਼ਰ ਕਹਿੰਦਾ ਮੈਂ ਆਵਾਂਗਾ ਤੇ ਤੁਹਾਡੇ ਸ਼ਮਾਦਾਨ ਨੂੰ ਬਜਾ ਦੇਵਾਂਗਾ, ਹਟਾ ਦੇਵਾਂਗਾ, ਮੁਕਾ ਸੱਟਾਂਗਾ, ਕਹਿੰਦਾ ਜੇ ਤੁਸੀਂ ਪਹਿਲੇ ਤਰੀਕੇ ਨਾਲ ਸਿੱਧੇ ਹੋ ਕੇ ਨਾ ਚੱਲੇ ਤਾਂ। ਸੋ ਭਾਵ ਕਿ ਜੇ ਪਰਮੇਸ਼ਰ ਦੇਣ ਜਾਣਦਾ ਹੈ ਤਾਂ ਪਰਮੇਸ਼ਰ ਲੈਣ ਵੀ ਜਾਣਦਾ ਹੈ ਵਾਪਸ। ਪਰਮੇਸ਼ਰ ਜੇ ਆਪਣਾ ਹੱਥ ਵਧਾਉਣ ਜਾਣਦਾ ਹੈ ਤੇ ਆਪਣੇ ਹੱਥ ਨੂੰ ਚੁੱਕਣ ਦੀ ਕੁਦਰਤ ਤੇ ਸਮਰੱਥ ਵੀ ਰੱਖਦਾ ਹੈ। ਸੋ ਬੀ ਸੀਰੀਅਸ ਜਿਹਨਾਂ ਨੂੰ ਵੀ ਪਰਮੇਸ਼ਰ ਨੇ ਬਰਕਤ ਦੇ ਦਿੱਤੀ ਹੈ। ਟੇਢੇ ਮੇਢੇ ਹੋ ਕੇ ਚੱਲੋਗੇ ਤੇ ਆਪਣਾ ਨੁਕਸਾਨ ਕਰੋਗੇ, ਪਰਮੇਸ਼ਰ ਦੇ ਨਾਲ ਸਿੱਧੇ ਹੋ ਕੇ ਚੱਲੀਏ। ਪਰਮੇਸ਼ਰ ਸਿੱਧਿਆਂ ਦੀ ਪ੍ਰਾਰਥਨਾ ਨੂੰ ਸੁਣਦਾ ਹੈ, ਪਰਮੇਸ਼ਰ ਕਾਮਲ ਤੇ ਸਿੱਧ ਲੋਕਾਂ ਨੂੰ ਪਿਆਰ ਕਰਦਾ ਹੈ, ਔਰ ਉਹ ਜਿਹੜੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਤੇ ਉਹਨਾਂ ਉੱਤੇ ਚੱਲਦੇ ਨੇ ਔਰ ਸੀਰੀਅਸਲੀ ਪਰਮੇਸ਼ਰ ਦਾ ਕੰਮ ਕਰਦੇ ਨੇ, ਪਰਮੇਸ਼ਰ ਉਹਨਾਂ ਦੀ ਦੁਹਾਈ ਉੱਤੇ ਕੰਨ ਲਾਉਂਦਾ ਹੈ। ਪਰਮੇਸ਼ਰ ਸਾਰਿਆਂ ਦੀ ਦੁਹਾਈ ਉੱਤੇ ਕੰਨ ਕਿਉਂ ਨਹੀਂ ਲਾਉਂਦਾ? ਕਿਉਂਕਿ ਜੇ ਸਾਰੇ ਹੀ ਸੀਰੀਅਸ ਹੋਣ ਤੇ ਪਰਮੇਸ਼ਰ ਦੇ ਨਾਲ, ਤਾਂ ਸਭਨਾਂ ਦੀ ਪਰਮੇਸ਼ਰ ਸੁਣੇ। ਕੁਝ ਲੋਕਾਂ ਦੀ ਕਿਉਂ ਨਹੀਂ ਦੁਆ ਸੁਣੀ ਜਾਂਦੀ? ਕਿਉਂਕਿ ਉਹ ਪਰਮੇਸ਼ਰ ਦੇ ਨਾਲ ਵਾਅਦਾ ਤਾਂ ਕਰਦੇ ਨੇ ਪਰ ਉਸਨੂੰ ਪੂਰਾ ਨਹੀਂ ਕਰਦੇ। ਉਹ ਪਰਮੇਸ਼ਰ ਨੂੰ ਤਾਂ ਚੇਤੇ ਕਰਾਉਣ ਜਾਣਦੇ ਨੇ, ਪਰਮੇਸ਼ਰ ਤੇਰੇ ਵਚਨ ਦੇ ਵਿੱਚ ਲਿਖਿਆ ਹੈ
ਤੁਸੀਂ ਖਟਖਟਾਓਗੇ ਤੇ ਮੈਂ ਤੁਹਾਡੇ ਲਈ ਖੋਲ ਦੇਵਾਂਗਾ। ਪਰਮੇਸ਼ਰ ਤੁਹਾਡੇ ਵਚਨ 'ਚ ਲਿਖਿਆ ਹੈ ਤੁਸੀਂ ਮੰਗੋਗੇ ਤੇ ਮੈਂ ਤੁਹਾਨੂੰ ਦੇ ਦੇਵਾਂਗਾ। ਤੁਸੀਂ ਪਰਮੇਸ਼ਰ ਨੂੰ ਚੇਤੇ ਕਰਾਉਣ ਜਾਣਦੇ ਹੋ ਕਿ ਪਰਮੇਸ਼ਰ ਤੁਹਾਨੂੰ ਚੇਤੇ ਕਰਾਉਣ ਨਹੀਂ ਜਾਣਦਾ, ਪਰਮੇਸ਼ਰ ਜਾਣਦਾ ਹੈ। ਔਰ ਰਾਈਟ ਸਮੇਂ 'ਤੇ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਸ਼ਮਾ ਦਾਨ ਨੂੰ ਹਟਾ ਸੁੱਟਾਂਗਾ ਜੇ ਤੁਸੀਂ ਬਾਜ ਨਾ ਆਏ ਤਾਂ। ਵਿਵਸਥਾ ਸਾਰ ਦੀ ਪੁਸਤਕ 6 ਅਧਿਆਏ ਉਹਦੀ 3 ਦੇ ਵਿੱਚ ਲਿਖਿਆ ਹੈ ਕਿ ਹੇ ਇਸਰਾਇਲੀਓ ਸੁਣੋ, ਇਸਰਾਇਲੀ ਮੀਨ ਚੁਣੇ ਹੋਇਓ ਸੁਣੋ ਕਿ ਯਹੋਵਾ ਸਾਡਾ ਪਰਮੇਸ਼ਰ ਇੱਕੋ ਹੈ। ਇਸ ਜਗ੍ਹਾ 'ਤੇ 2 ਜਾਂ 3 ਪਰਮੇਸ਼ਰ ਦਾ ਜ਼ਿਕਰ ਨਹੀਂ ਕੀਤਾ, ਕਹਿੰਦਾ ਯਹੋਵਾ ਸਾਡਾ ਪਰਮੇਸ਼ਰ ਇੱਕੋ ਚੁਣਿਆ ਹੋਇਆ ਨੂੰ ਕਹਿ ਰਿਹਾ ਹੈ। ਅੱਗੇ ਜਾ ਕੇ ਲਿਖਿਆ ਕਿ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਨਾਲ, ਆਪਣੇ ਸਾਰੇ ਜ਼ੋਰ ਨਾਲ, ਆਪਣੀ ਸਾਰੀ ਜਾਨ ਦੇ ਨਾਲ ਮੁਹੱਬਤ ਕਰੋ। ਇੱਥੇ ਪਰਮੇਸ਼ਰ ਨੇ ਅੱਧੇ ਮਨ ਵਾਲਿਆਂ ਨੂੰ ਨਹੀਂ ਕਿਹਾ ਕਿ ਅੱਧਾ ਮਨ ਤੁਹਾਡਾ ਪਰਮੇਸ਼ਰ ਦੇ ਵੱਲ ਹੋਏ ਤੇ ਅੱਧਾ ਮਨ ਤੁਹਾਡਾ ਪਾਪ ਦੇ ਵੱਲ ਹੋਏ, ਅੱਧਾ ਜ਼ੋਰ ਤੁਹਾਡਾ ਪਾਪ ਦੇ ਕੰਮ ਕਮਾਈ ਕਰਨ ਵਾਸਤੇ ਹੋਏ ਤੇ ਅੱਧਾ ਜ਼ੋਰ ਤੁਹਾਡਾ ਪਰਮੇਸ਼ਰ ਨੂੰ ਪਾਉਣ ਵਾਸਤੇ ਹੋਏ। ਭਾਵ ਕਿ ਅੱਧਾ ਸਰੀਰ ਤੁਹਾਡਾ ਪਾਪ ਵਿੱਚ ਹੋਏ ਤੇ ਅੱਧਾ ਪਰਮੇਸ਼ਰ ਦੀ ਵਡਿਆਈ ਵਿੱਚ ਹੋਏ। ਨਹੀਂ, ਪਰਮੇਸ਼ਰ ਕਹਿੰਦਾ ਪੂਰੇ ਜ਼ੋਰ ਦੇ ਨਾਲ, ਪੂਰੀ ਸ਼ਕਤੀ ਦੇ ਨਾਲ, ਪੂਰੇ ਮਨ ਦੇ ਨਾਲ ਆਪਣੇ ਪਰਮੇਸ਼ਰ ਨੂੰ ਮੁਹੱਬਤ ਕਰੋ, ਜਿਸ ਪਰਮੇਸ਼ਰ ਨੇ ਤੁਹਾਨੂੰ ਆਪਣੀ ਛਵੀ ਤੇ ਆਪਣੀ ਸੂਰਤ ਤੇ ਬਣਾਇਆ ਹੈ, ਉਸ ਪਰਮੇਸ਼ਰ ਨੂੰ। ਹੁਣ ਵਚਨ ਨੂੰ ਜਦੋਂ ਅਸੀਂ ਖੋਲਦੇ ਹਾਂ ਤੇ ਵਚਨ ਦੇ ਵਿੱਚ ਲਿਖਿਆ ਕਿ ਇੱਕ ਸ਼ਰ੍ਹਾਂ ਦਾ ਸਿਖਾਉਣ ਵਾਲਾ ਪ੍ਰਭੂ ਯਿਸੂ ਮਸੀਹ ਨੂੰ ਪਰਤਾਵੇ ਲਈ ਇਹ ਸਵਾਲ ਪੁੱਛਦਾ ਹੈ, ਕਹਿੰਦਾ ਗੁਰੂ ਜੀ ਮੈਂ ਕੀ ਕਰਾਂ ਕਿ ਮੈਨੂੰ ਮੈਂ ਸਦੀਪਕ ਜੀਵਨ ਦਾ ਅਧਿਕਾਰੀ ਹੋ ਜਾਵਾਂ। ਹੁਣ ਯਿਸੂ ਜੀ ਉੱਤਰ ਦੇ ਰਹੇ ਨੇ ਕਿ ਤੂੰ ਤਰੇਤ ਨਹੀਂ ਜਾਣਦਾ, ਤੂੰ ਉਹਨੂੰ ਨਹੀਂ ਪੜ੍ਹਿਆ। ਕਹਿੰਦਾ ਮੈਂ ਪੜ੍ਹਿਆ ਹੈ, ਉਹਦੇ ਵਿੱਚ ਲਿਖਿਆ ਹੈ ਕਿ ਤੂੰ ਆਪਣੇ ਸਾਰੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸ਼ਕਤੀ ਦੇ ਨਾਲ ਮੁਹੱਬਤ ਕਰ ਤੇ ਆਪਣੀ ਸਾਰੀ ਬੁੱਧ ਦੇ ਨਾਲ ਵੀ ਮੁਹੱਬਤ ਕਰ ਤੇ ਆਪਣੇ ਗੁਆਂਢੀ ਨੂੰ ਇਹ ਆਪਣੀ ਜਿਹੀ ਮੁਹੱਬਤ ਕਰ। ਤੇ ਹੁਣ ਸ਼ਰ੍ਹਾਂ ਦਾ ਸਿਖਾਉਣ ਵਾਲਾ ਅੱਗੋਂ ਇਸ ਨੂੰ ਉੱਪਰ ਆਖਦਾ ਹੈ ਕਿ ਕੌਣ ਹੋ ਸਕਦਾ ਹੈ ਮੇਰਾ ਗੁਆਂਢੀ, ਮੇਰਾ ਗੁਆਂਢੀ ਕੌਣ ਹੋ ਸਕਦਾ ਹੈ। ਇਹ ਧਰਮ ਦਾ ਠੇਕੇਦਾਰ ਹੈ, ਇਹ ਸ਼ਖਸ ਜਿਹੜਾ ਯਿਸੂ ਮਸੀਹ ਨਾਲ ਗੱਲ ਕਰ ਰਿਹਾ ਹੈ ਇਹ ਇੱਕ ਸ਼ਰ੍ਹਾਂ ਦਾ ਸਿਖਾਉਣ ਵਾਲਾ ਹੈ। ਇਹ ਇੱਕ ਕਾਨੂੰਨ ਨੂੰ, ਪਰਮੇਸ਼ਰ ਦੇ ਕਾਨੂੰਨ ਨੂੰ ਜੋ ਬਾਈਬਲ ਦੇ ਵਿੱਚ ਨੇ ਉਹਨੂੰ ਪੂਰੀ ਤਰ੍ਹਾਂ ਜਾਣਦਾ ਹੈ, ਜਾਣਦਾ ਹੈ ਪਰ ਮੰਨਦਾ ਨਹੀਂ, ਉਹਨਾਂ ਉੱਤੇ ਚੱਲਦਾ ਨਹੀਂ। ਕਿਉਂਕਿ ਇਹ ਜਿਹੜੇ ਲੋਕ ਨੇ ਇਹ ਆਪਣਾ ਗੁਆਂਢੀ ਉਹਨੂੰ, ਜਿਹੜਾ ਯਹੂਦੀ ਹੁੰਦੇ ਸਨ ਉਹ ਆਪਣਾ ਗੁਆਂਢੀ ਉਹਨੂੰ ਮੰਨਦੇ ਸਨ ਜੇ ਉਹਨਾਂ ਦਾ ਨੇਬਰ ਵੀ ਸੱਚਮੁੱਚ ਯਹੂਦੀ ਹੈ। ਅਗਰ ਨੌਨ ਯਹੂਦੀ ਹੁੰਦੇ ਸਨ ਤਾਂ ਉਹਨਾਂ ਨੂੰ ਆਪਣਾ ਨੇਬਰ ਵੀ ਐਕਸੈਪਟ ਨਹੀਂ ਸੀ ਉਹ ਕਰਦੇ। ਇਸੇ ਕਰਕੇ ਇਸਨੇ ਪੁੱਛਿਆ ਕਿ ਕੌਣ ਮੇਰਾ ਗੁਆਂਢੀ ਹੋ ਸਕਦਾ ਹੈ। ਇਸ ਉਸਨੂੰ ਇੱਕ ਉਦਾਹਰਣ ਦੇ ਕੇ ਦੱਸ ਰਹੇ ਨੇ, ਕਹਿੰਦੇ ਕਿ ਯਰੂਸ਼ਲਮ ਤੋਂ ਜ਼ਰੀਹੋ ਨੂੰ ਇੱਕ ਮਨੁੱਖ ਜਾ ਰਿਹਾ ਸੀ ਜਿਹਨੂੰ ਡਾਕੂਆਂ ਨੇ ਘੇਰ ਲਿਆ ਤੇ ਉਹਨੂੰ ਅਦਮੋਹਾ ਕਰਕੇ ਰਸਤੇ ਦੇ ਵਿੱਚ ਸੁੱਟ ਦਿੱਤਾ। ਕਹਿੰਦਾ ਉਸ ਜਗ੍ਹਾ ਤਾਣੀ ਇੱਕ ਜਾਜਕ ਨੰਗਿਆ, ਇੱਕ ਲੇਵੀ ਨੰਗਿਆ, ਇਹ ਸਾਰੇ ਧਰਮ ਦੇ ਆਗੂ ਜਿਹੜੇ ਆ ਉਹਨਾਂ ਦੇ ਨਾਮ ਲੈ ਰਹੀ ਆ। ਸਿਖਾਉਣ ਵਾਲੇ ਜਿਹੜੇ ਨੇ, ਪਰਮੇਸ਼ਰ ਦਾ ਵਚਨ ਸਿਖਾਉਣ ਵਾਲੇ ਜਿਹੜੇ ਨੇ, ਕਾਨੂੰਨਾਂ ਨੂੰ ਜਾਣਨ ਵਾਲੇ ਜੋ ਲੋਕ ਨੇ, ਕਹਿੰਦੇ ਲੇਵੀ ਵੀ ਨੰਗਿਆ, ਜਾਜਕ ਵੀ ਨੰਗਿਆ, ਕਹਿੰਦਾ ਉਹਨੂੰ ਵੇਖਿਆ ਔਰ ਅੱਗੇ ਤੁਰ ਗਏ। ਕਿਉਂ ਤੁਰ ਗਏ? ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਮਨੁੱਖ ਨੂੰ ਅਸੀਂ ਨਹੀਂ ਚੁੱਕਣਾ, ਇਹ ਮਨੁੱਖ ਨੂੰ ਅਸੀਂ ਚੁੱਕ ਹੀ ਨਹੀਂ ਸਕਦੇ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੰਨਾ ਗਰੂਰ ਵਿੱਚ ਸਨ ਕਿ ਉਹ ਉਸ ਲੋਕ, ਉਸ ਜਿਹੜੇ ਡਿੱਗਾ ਹੋਇਆ ਇਨਸਾਨ ਉਹਦੀ ਸਾਰ ਲੈਣਾ ਵੀ ਪਸੰਦ ਨਹੀਂ ਸੀ ਕਰਦੇ। ਪਰ ਲਿਖਿਆ ਕਹਿੰਦਾ ਕਿ ਉੱਥੋਂ ਦੀ ਇੱਕ ਸਾਮਰੀ ਫਿਰ ਨਿਕਲ ਨੰਗਿਆ, ਜਿਹਨੂੰ ਉਸ ਸਮੇਂ ਦੇ ਵਿੱਚ ਬਹੁਤ ਲੋ ਕਾਸਟ ਦਾ ਪਰਸਨ ਮੰਨਿਆ ਜਾਂਦਾ ਸੀ। ਸਾਮਰੀ ਇੱਕ ਛੋਟੀ ਜ਼ਾਤ ਦਾ ਲੋਕ, ਕਬੀਲੇ ਦੇ ਲੋਕ ਜਿਹੜੇ ਮੰਨੇ ਜਾਂਦੇ ਸਨ। ਕਹਿੰਦੇ ਉੱਥੋਂ ਦੀ ਜਦੋਂ ਨੰਗਿਆ, ਉਸਨੇ ਉਸ ਡਾਕੂਆਂ ਤੋਂ ਜਿੰਨੀ ਕੁੱਟ ਖਾਧੀ ਸੀ ਉਸ ਬੰਦੇ ਨੂੰ ਚੁੱਕਿਆ ਔਰ ਚੁੱਕ ਕੇ ਉਹਨੂੰ ਆਰਾਮਦਾਇਕ ਜਗ੍ਹਾ 'ਤੇ ਪਹੁੰਚਾਇਆ, ਉਹਦੇ ਉੱਤੇ ਮਲਮ ਪੱਟੀ ਲਗਾਈ, ਉਹਦੀ ਖੈਰ ਸੁੱਖ ਮੰਗੀ, ਉਹਦੇ ਵਾਸਤੇ ਰੁਪਇਆ ਪੈਸੇ ਦਾ ਇੰਤਜ਼ਾਮ ਕੀਤਾ ਤਾਂ ਕਿ ਉਹਦਾ ਇਲਾਜ ਜਿਹੜਾ ਹੈ ਅੱਛੇ ਤਰੀਕੇ ਨਾਲ ਹੋ ਸਕੇ। ਤਾਂ ਪਰਮੇਸ਼ਰ ਕਹਿੰਦਾ ਇਹਨਾਂ ਦੇ ਵਿੱਚੋਂ ਇਹਦਾ ਗੁਆਂਢੀ ਕੌਣ ਸੀ? ਕਹਿੰਦਾ ਇਹਦਾ ਗੁਆਂਢੀ ਉਹ ਸੀ ਜਿਹਨੇ ਇਹਦੀ ਖਬਰ ਲਈ, ਇਹਦੀ ਸਾਰ ਲਈ, ਕਿਉਂਕਿ ਉਹਨੇ ਆਪਣੀ ਡਿਊਟੀ ਸਮਝੀ। ਅੱਜ ਬਹੁਤ ਸਾਰੇ ਲੋਕ ਪਰਮੇਸ਼ਰ ਜਦੋਂ ਉਸਨੂੰ ਡਿਊਟੀ ਦੇ ਦਿੰਦਾ ਉਹਨਾਂ ਨੂੰ, ਉਹ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ। ਜਿਹੜਾ ਪਰਮੇਸ਼ਰ ਉਹਨਾਂ ਨੂੰ ਕੰਮ ਦੇ ਦਿੰਦਾ ਉਸ ਕੰਮ ਨੂੰ ਕੰਮ ਨਹੀਂ ਸਮਝਦੇ। ਕੁਛ ਲੋਕ ਉਹਨਾਂ ਨੂੰ ਬਿਜ਼ਨਸ ਬਣਾਉਂਦੇ ਨੇ, ਕੁਛ ਲੋਕ ਉਹਨਾਂ ਦਾ ਵਪਾਰ ਕਰਦੇ ਉਸ ਕੰਮ ਦਾ, ਕੁਛ ਲੋਕ
ਧਰਮ ਦੇ ਠੇਕੇਦਾਰ ਬੈਠਦੇ ਨੇ, ਬਣ ਬੈਠਦੇ ਨੇ, ਜਿਹਦਾ ਕਰਕੇ ਉਹਨਾਂ ਨੂੰ ਉਹ ਵਚਨ ਪਰਮੇਸ਼ੁਰ ਦੇ ਚੇਤੇ ਭੁੱਲ ਜਾਂਦੇ ਨੇ ਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਕੀ ਲਿਖਿਆ ਹੈ। ਪਰਮੇਸ਼ੁਰ ਦੇ ਵਚਨ 'ਚ ਲਿਖਿਆ ਕਿ ਜਦ ਮੈਂ ਆਵਾਂਗਾ ਤਾਂ ਤੁਹਾਡੇ ਕੋਲ ਇਹ ਸਵਾਲ ਪੁੱਛਾਂਗਾ ਕਿ ਜਦ ਮੈਂ ਪਿਆਸਾ ਸਾਂ ਤੁਸੀਂ ਮੈਨੂੰ ਪਾਣੀ ਨਾ ਪਿਲਾਇਆ, ਜਦ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਖਾਣਾ ਨਾ ਦਿੱਤਾ, ਜਦ ਮੈਂ ਨੰਗਾ ਸਾਂ ਤੁਸੀਂ ਮੈਨੂੰ ਪਹਿਨਾਇਆ ਨਾ, ਜਦ ਮੈਂ ਜੇਲ੍ਹ ਵਿੱਚ ਸਾਂ ਤੁਸੀਂ ਮੇਰੀ ਖਬਰ ਲੈਣ ਨੂੰ ਨਹੀਂ ਆਏ, ਜਦ ਮੈਂ ਬਿਮਾਰ ਸਾਂ ਤੁਸੀਂ ਮੇਰੇ ਉੱਤੇ ਪੱਟੀ ਨਹੀਂ ਬੰਨੀ, ਤੁਸੀਂ ਮੇਰੀ ਸਾਰ ਨਹੀਂ ਲਈ। ਪਰਮੇਸ਼ੁਰ ਕਹਿੰਦਾ ਮੈਂ ਤੁਹਾਨੂੰ ਇਹ ਪੁੱਛਾਂਗਾ। ਹੁਣ ਸਾਮਰੀ ਜਿਹੜਾ ਹੈ ਪਰਮੇਸ਼ੁਰ ਦੇ ਵਚਨ ਨੂੰ ਪੂਰਾ ਕਰ ਰਿਹਾ ਹੈ, ਜਿਹਨੂੰ ਛੋਟਾ ਜਿਹਾ ਇਨਸਾਨ ਕਹਿ ਰਿਹਾ, ਜਿਹਨੂੰ ਛੋਟੀ ਜ਼ਾਤਾਂ ਦੇ ਵਿੱਚੋਂ ਇਨਸਾਨ ਬੁਲਾਇਆ ਜਾ ਰਿਹਾ ਹੈ ਕਿ ਬਹੁਤ ਛੋਟੇ ਲੋਕ ਨੇ, ਉਹ ਉਸ ਇਨਸਾਨ ਦੇ ਅੰਦਰ ਇੱਕ ਐਸੀ ਪਰਮੇਸ਼ੁਰ ਦੇ ਵਾਸਤੇ ਪਿਆਰ ਸੀ, ਇੱਕ ਐਸੀ ਮੁਹੱਬਤ ਸੀ, ਉਹ ਪਰਮੇਸ਼ੁਰ ਦੇ ਹਰ ਇੱਕ ਉਸ ਹੁਕਮ ਨੂੰ ਪੂਰਾ ਕਰਨ ਵਾਸਤੇ ਤੇਜ਼ ਸੀ, ਹੁਸ਼ਿਆਰ ਸੀ ਔਰ ਕਰ ਰਿਹਾ ਸੀ। ਪਰ ਜੋ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਸੀ ਉਹ ਪਰਮੇਸ਼ੁਰ ਦੀ ਨਿਗਾਹ ਵਿੱਚ ਵੱਡਾ ਨਹੀਂ ਸੀ, ਕਿਉਂਕਿ ਉਸਨੇ ਉਸਨੂੰ ਆਪਣਾ ਗਵਾਂਢੀ ਮੰਨਿਆ, ਉਸਨੂੰ ਚੁੱਕਿਆ, ਉਹਦੀ ਸਾਰ ਲਈ, ਜਿਹੜੀ ਪਰਮੇਸ਼ੁਰ ਨੇ ਉਹਨੂੰ ਡਿਊਟੀ ਦਿੱਤੀ ਉਸ ਡਿਊਟੀ ਨੂੰ ਪੂਰਾ ਕੀਤਾ। ਅੱਜ ਡਿਊਟੀ ਨੂੰ ਪੂਰਾ ਕਰਨ ਤੋਂ ਲੋਕ ਭੱਜਦੇ ਨੇ, ਬਰਕਤ ਲੈ ਕੇ ਡਿਊਟੀ ਦੇ ਵਿੱਚ ਪੂਰਾ ਨਹੀਂ ਹੁੰਦੇ। ਅਸੀਂ ਪਰਮੇਸ਼ੁਰ ਜੋ ਸਾਨੂੰ ਪਰਮੇਸ਼ੁਰ ਕਾਰੀਆ ਦਿੰਦਾ ਹੈ, ਜੋ ਪਰਮੇਸ਼ੁਰ ਸਾਨੂੰ ਕੰਮ ਦਿੰਦਾ ਹੈ, ਉਸ ਮੁਹੱਬਤ ਦੇ ਵਿੱਚ ਅਸੀਂ ਰੰਗੇ ਰਹਿਣਾ, ਉਸਨੂੰ ਸੀਰੀਅਸਲੀ ਸੰਜੀਦਗੀ ਦੇ ਨਾਲ ਅਸੀਂ ਚਲਾਉਣਾ ਹੈ, ਉਹਦਾ ਜਾਣਨਾ ਹੈ ਕਿ ਪਰਮੇਸ਼ੁਰ ਸਾਡੇ ਕੋਲ ਇਹਨਾਂ ਗੱਲਾਂ ਦਾ ਹਿਸਾਬ ਲਏਗਾ। ਉਦਾਹਰਣ ਦੇ ਤੌਰ 'ਤੇ ਅਗਰ ਤੁਸੀਂ ਪਰਮੇਸ਼ੁਰ ਦੇ ਨਾਲ ਕੁਛ ਪ੍ਰੋਮਿਸ ਕੀਤਾ ਹੈ ਕਿ ਪਰਮੇਸ਼ੁਰ ਮੈਨੂੰ ਇਹ ਬਰਕਤ ਦੇ, ਮੈਂ ਖੁਸ਼ੀ ਦੇ ਨਾਲ ਤੇਰੇ ਘਰ ਵਿੱਚ ਜਾਵਾਂਗਾ, ਮੈਂ ਇਹ ਕੰਮ ਜਿਹੜਾ ਕਰਾਂਗਾ ਤੇਰੇ ਲਈ, ਮੈਂ ਚਰਚ ਦੀ ਸੇਵਾ ਕਰਾਂਗਾ, ਮੈਂ ਚਰਚ ਦੇ ਵਿੱਚ ਖਾਣੇ ਦੇ ਵਿੱਚ ਮਦਦ ਕਰਾਂਗਾ, ਮੈਂ ਚਰਚ ਦਾ ਇੱਕ ਲੀਡਰ ਬਣ ਕੇ ਅੱਗੇ ਚੱਲਾਂਗਾ, ਜਾਂ ਮੈਂ ਚਰਚ ਦਾ ਕੁਆਇਰ ਲੀਡਰ ਬਣਾਂਗਾ, ਜਾਂ ਮੈਂ ਪਰਮੇਸ਼ੁਰ ਤੇਰੇ ਘਰ ਦੇ ਵਿੱਚ ਤੇਰੇ ਕੰਮਾਂ ਦੇ ਵਾਸਤੇ ਜਿਹੜਾ ਪੈਸਾ ਉਸ ਨੂੰ ਲਗਾਵਾਂਗਾ। ਅਤੇ ਜੇ ਅਸੀਂ ਉਹਨੂੰ ਨਹੀਂ ਪੂਰਾ ਕਰਦੇ ਤਾਂ ਮਤਲਬ ਅਸੀਂ ਸੀਰੀਅਸਲੀ ਉਸ ਗੱਲ ਨੂੰ ਨਹੀਂ ਲਿਆ, ਜੋ ਅਸੀਂ ਬੋਲਿਆ ਉਸਨੂੰ ਸੀਰੀਅਸਲੀ ਨਹੀਂ ਲਿਆ। ਪਰ ਪਰਮੇਸ਼ੁਰ ਨੇ ਸੀਰੀਅਸਲੀ ਉਸਨੂੰ ਹੋ ਕੇ ਸੁਣਿਆ, ਕਿਉਂਕਿ ਵਚਨ 'ਚ ਲਿਖਿਆ ਕਿ ਧਰਮੀਆਂ ਨੇ ਗੱਲਾਂ ਕੀਤੀਆਂ ਅਤੇ ਪਰਮੇਸ਼ੁਰ ਨੇ ਧਿਆਨ ਦੇ ਕੇ ਕੰਨ ਲਾ ਕੇ ਸੁਣੀਆਂ। ਜੇ ਤੁਸੀਂ ਸਧਾਰਨ ਵੀ ਗੱਲ ਕਰਦੇ ਹੋ ਤਾਂ ਪਰਮੇਸ਼ੁਰ ਉਸਨੂੰ ਸੁਣਦਾ ਹੈ, ਪ੍ਰਾਰਥਨਾ ਤਾਂ ਸੁਣਦਾ ਹੀ ਹੈ, ਪਰ ਤੁਹਾਡੀਆਂ ਹਰ ਇੱਕ ਗੱਲ ਉਹਨੂੰ ਉਹ ਸੁਣਦਾ ਹੈ। ਸੋ ਅਸੀਂ ਯੋਹੰਨਾ ਦੀ ਅੰਜੀਲ 13 ਅਧਿਆਏ 36 ਨੂੰ ਜਦੋਂ ਖੋਲਦੇ ਹਾਂ ਤਾਂ ਲਿਖਿਆ ਕਿ ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ, ਇਸ ਤੋਂ ਤੁਸੀਂ ਸਭ ਜਾਣੇ ਜਾਣੋਗੇ ਕਿ ਤੁਸੀਂ ਮੇਰੇ ਚੇਲੇ ਹੋ। ਇਹ ਵੀ ਇੱਕ ਪਰਮੇਸ਼ੁਰ ਦੇ ਨਾਲ ਸੀਰੀਅਸਲੀ ਹੋ ਕੇ ਚੱਲਣ ਦਾ ਕਾਨੂੰਨ ਹੈ, ਇਹ ਵੀ ਇੱਕ ਹੁਕਮ ਹੈ ਪਰਮੇਸ਼ੁਰ ਦਾ ਕਿ ਅਸੀਂ ਆਪਸ ਵਿੱਚ ਮੁਹੱਬਤ ਦੇ ਨਾਲ ਚੱਲੀਏ ਅਤੇ ਅਸੀਂ ਫਿਰ ਯਿਸੂ ਮਸੀਹ ਦੇ ਚੇਲੇ ਹੋਵਾਂਗੇ। ਅਗਰ ਅਸੀਂ ਮੁਹੱਬਤ ਦੇ ਨਾਲ ਨਹੀਂ ਚੱਲਦੇ ਤਾਂ ਫਿਰ ਅਸੀਂ ਯਿਸੂ ਦੇ ਚੇਲੇ ਨਹੀਂ ਹਾਂ, ਫਿਰ ਅਸੀਂ ਕਿਸੇ ਹੋਰ ਦੇ ਚੇਲੇ ਹਾਂ, ਅਸੀਂ ਯਿਸੂ ਦੇ ਸ਼ਾਗਿਰਦਾਂ ਵਿੱਚੋਂ ਨਹੀਂ ਹਾਂ, ਕਿਉਂਕਿ ਸਾਡੀ ਬੋਲੀ ਜਿਹੜੀ ਹੈ ਉਹਨਾਂ ਵਾਲੀ ਨਹੀਂ ਹੈ। ਸਾਡੇ ਬੋਲਚਾਲ ਦੀ ਜਿਹੜੀ ਪਹਿਚਾਣ ਹੈ ਉਹ ਤੁਸੀਂ ਪਹਿਚਾਣੇ ਜਾਂਦੇ ਹੋ, ਤੁਸੀਂ ਪਕੜੇ ਜਾਂਦੇ ਹਾਂ, ਅਸੀਂ ਕੌਣ ਹਾਂ, ਕਿਹਨੂੰ ਬਿਲੋਂਗ ਕਰਦੇ ਹਾਂ। ਸੋ ਅਸੀਂ ਪਹਿਲਾ ਪੱਤਰ 5 ਅਧਿਆਏ ਜਦੋਂ 8 ਨੂੰ ਖੋਲਦੇ ਉਹਦੇ ਵਿੱਚ ਲਿਖਿਆ, ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਂ ਵਾਂਗ ਭਾਲਦਾ ਫਿਰਦਾ ਹੈ ਕਿ ਮੈਂ ਕਿਸ ਨੂੰ ਫਾੜ ਖਾਵਾਂ। ਪਰਮੇਸ਼ੁਰ ਦੇ ਵਚਨ ਲਿਖਿਆ ਸੁਚੇਤ ਹੋ ਜਾਓ, ਤੁਹਾਡਾ ਵਿਰੋਧੀ ਸ਼ੈਤਾਨ ਕਹਿੰਦਾ ਕਿ ਉਹ ਇਸ ਤਰੀਕੇ ਨਾਲ ਤੁਹਾਡੇ ਉੱਤੇ ਨਿਗਾਹ ਲਾ ਕੇ ਬੈਠਾ ਹੈ ਕਿ ਉਹ ਤੁਹਾਨੂੰ ਕਿਸ ਤਰੀਕੇ ਕਿਸ ਵੇਲੇ ਜਿਹੜਾ ਅਟੈਕ ਕਰੇ। ਜਦੋਂ ਤੁਸੀਂ ਪਰਮੇਸ਼ੁਰ ਦੇ ਨਾਲ ਗੰਭੀਰਤਾ ਦੇ ਨਾਲ ਨਹੀਂ ਚੱਲੋਗੇ, ਆਪਣੇ ਵਾਅਦੇ ਆਪਣੇ ਪ੍ਰੋਮਿਸਾਂ ਦੇ ਵਿੱਚ ਖਰੇ ਨਹੀਂ ਉਤਰੋਗੇ, ਉਹ ਤੁਹਾਡੇ ਉੱਤੇ ਤੁਹਾਡਾ ਐਨਮੀ ਆ ਕੇ ਤੁਹਾਡੇ ਉੱਤੇ ਅਟੈਕ ਕਰੇਗਾ ਔਰ ਤੁਹਾਡੀ ਹਾਲਤ ਜਿਹੜੀ ਪਹਿਲਾਂ ਨਾਲੋਂ ਵੀ ਬੁਰੀ ਕਰ ਦੇਏਗਾ। ਸੋ ਇਸ ਕਰਕੇ ਪਰਮੇਸ਼ੁਰ ਦੇ ਹੁਕਮਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰੀਏ ਔਰ ਜੋ ਪਰਮੇਸ਼ੁਰ ਕਹਿੰਦਾ ਹੈ ਉਸੇ ਤਰ੍ਹਾਂ ਆਪਣੇ ਜੀਵਨ ਨੂੰ ਗੁਜ਼ਾਰੀਏ। ਕਾਇਨ ਦੇ ਬਾਰੇ ਵਿੱਚ ਅਸੀਂ ਬਾਈਬਲ ਦੇ ਵਿੱਚ ਚੱਲਦੇ ਹਾਂ ਕਿ ਕਾਇਨ ਕ੍ਰੋਧਵਾਨ ਸੀ ਕਿਉਂਕਿ ਉਹਦੇ ਭਾਈ ਦੀ ਕੁਰਬਾਨੀ ਜਿਹੜੀ ਹੈ ਉਹ ਕਬੂਲ ਹੋ ਗਈ ਸੀ, ਪਰ ਉਸਨੂੰ ਚੰਗਾ ਨਹੀਂ ਸੀ ਲੱਗਦਾ। ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਇਸਤੇ ਹੀ ਵਚਨ ਨੂੰ ਸਮਾਪਤ ਕਰਦੇ ਹਾਂ। ਸੋ ਵਾਧੇ ਹਾਂ ਬ੍ਰੇਕ ਵਾਰ, ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋਵਾਂਗੇ। ਅਗਰ ਖੁਦਾਵੰਦ ਨੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਚਮਤਕਾਰ ਕੀਤਾ, ਕਾਰਿਆ ਕੀਤਾ, ਮਿਰਾਕਲ ਕੀਤਾ, ਤੁਸੀਂ ਆ ਕੇ ਗਵਾਹੀ ਦੇ ਸਕਦੇ ਹਾਂ। And Leica Mobile, we do things your way. Get 20% off when you buy a new SIM online with our UK plan Ultra, which comes with 15 gigabytes of ultra-fast 4G data and unlimited UK minutes and texts, all for just £20 for 30 days.
This contract-free bundle is available at this price for a limited time only. So don't miss out on this exclusive opportunity. Visit leicamobile.co.uk today and have your data your way. Terms and conditions apply. मुंबई एक्सप्रेस 196 ईडिंग रोड अपने सभी ग्राहकों को दीपावली तथा नववर्ष की ढेर सारी शुभकामनाएं और बधाइयां देते हैं। Anami Agencies wish all the customers and well-wishers a very happy Diwali and a prosperous new year. Anami Agencies, your one-stop shop for all your insurance needs. Call 020-8294-1040 or log on to anamiagencies.co.uk. Hindu Dharm विश्व का महान धर्म है. ब्रह्मा विष्णु एंड महेश क्रिएटर प्रिजर्वर एंड डिस्ट्रॉयर. द वर्ल्ड नीड्स टू नो अबाउट हिंदुइज्म बिकॉज इट इज नॉट ए रिलीजन, इट्स ए वे ऑफ लाइफ. वॉच दिस ऑन लेट अस टॉक हिंदुइज्म ऑन MeTV एवरी संडे 8:30. हिस्टन हाइड वेस्ट लंदन के सबसे शानदार होटल्स में से एक विथ 303 एयर कंडीशन रूम्स एंड स्वीट्स, वन ऑफ द लार्जेस्ट बैंक्वेट स्पेसेस इन लंदन, मीटिंग रूम फॉर अप टू 1200 पीपल, कॉन्फ्रेंसेस, म्यूजिकल फंक्शन, वेडिंग्स या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ हिस्टन हाइट. फॉर बुकिंग्स कॉल 0208-572-1818. Get your free Brian toy when you buy car or home insurance through. Pure Heaven. Non-alcoholic celebration drinks. All the fun without the alcohol. Pure Heaven. Make every moment a sparkling moment. Now available at selected Tesco stores and Amazon. प्रदीप स्वीट्स एंड रेस्टोरेंट अपने सभी ग्राहकों और MeTV के सभी दर्शकों को दिवाली और नव वर्ष की ढेरों शुभकामनाएं देता है. कॉल प्रदीप स्वीट्स ऑन 0208-909-2232 और लॉग ऑन टू pradeepsweet.co.uk. नमस्कार. नमस्कार. नमस्ते. I love India. So, travel a lot? No, just on business. You love India without experiencing it. But I have experienced it, right here on Air India. I always fly Air India. Me too. Now fly anywhere to anywhere. Earn and redeem miles via 27 Star Alliance partners. Air India, proud to be Indian, proud to be global. Rangoli Designer Studio of Ealing Road, Wembley, wish all their customers and well-wishers a very happy Diwali and a prosperous new year. Visit Rangoli on 142 Ealing Road, Wembley or call 0208-903-3500. ब्रेक तो बाद फिर तो थोड़ा वेलकम करते हैं, स्वागत करते हैं. लाइनस खोल दी गई हैं. अगर तुम दुआ प्रार्थना करवाना चाहते हो तो यू आर मोस्ट वेलकम. तुम टैलीफोन मिला सकते हो. तो असी इस तो बाद असी 7:25 ते असी तेल और पानी ते भी दुआ करांगे. और तेल पानी तुम रेडी रखोगे तो बहुत चंगी गल है. और स्क्रीन के सामने रख लेना. अच्छा असी जी, जिस तरह ਤੁਸੀਂ ਫਰਮਾਇਆ, ਅਗਰ ਤੁਹਾਡੀ ਇਜਾਜ਼ਤ ਹੋਏ ਤਾਂ ਇੱਕ ਟੈਸਟਮਨੀ ਹੈ. ਚਲੋ ਪਹਿਲਾਂ ਟੈਸਟਮਨੀ ਸੁਣਾ ਲਓ ਜੀ. ਜੀ, ਆਈਏ ਮੇਰੇ ਅਜ਼ੀਜ਼ੋ ਇੱਕ ਟੈਸਟਮਨੀ ਨੂੰ ਸੁਣਦੇ ਹਾਂ. ਬੜੇ ਧਿਆਨ ਦੇ ਨਾਲ ਇਸ ਟੈਸਟਮਨੀ ਨੂੰ ਸੁਣਨਾ, ਕਿਉਂਕਿ ਇਹ ਇੰਡੀਆ ਦੇ ਵਿੱਚ ਪੈਣ ਬੈਠੇ ਨੇ ਅਤੇ ਸਾਡੇ ਟਾਈਮ ਜਿਹੜਾ ਤੁਹਾਨੂੰ ਪਤਾ ਕਿ ਅਲੱਗ ਹੈ ਅਤੇ ਉਹ ਫਿਰ ਕਾਲ ਕਰਨੀ ਉਹਨਾਂ ਲਈ ਮੁਸ਼ਕਲ ਹੋ ਜਾਂਦੀ. ਇਸ ਕਰਕੇ ਇਹਨਾਂ ਨੇ ਥਰੂ ਦਾ ਵਟਸਐਪ ਇਹਨਾਂ ਦੇ ਘਰ ਦੇ ਵਿੱਚ ਜੋ ਮੌਜਦਾ ਹੋਇਆ ਹੈ ਉਸ ਨੂੰ ਤੁਹਾਡੇ ਤੱਕ ਭੇਜਿਆ ਹੈ. ਇਸ ਮੌਜਦੇ ਨੂੰ, ਇਸ ਮੈਰੀਕਲ ਨੂੰ ਸੁਣੀਏ ਔਰ ਬਰਕਤ ਨੂੰ ਪ੍ਰਾਪਤ ਕਰੀਏ. जय श्री का जी, जय मसीह जी. मैं आपकी गवाही देना चाहती हूँ. मैं थोड़े को प्रेयर करवाई थी अपने बहू वास्ते, क्योंकि उन्होंने कैंसर की प्रॉब्लम हो गई थी. उसके वास्ते मैं गवाही देना चाहती हूँ, क्योंकि मैं प्रेयर करवाई थी कि यदि रिपोर्ट क्लियर आ जाए. तो वो रिपोर्ट यदि क्लियर आ गई है, प्रभु जी की कृपा हुई है कि उन्होंने नाम उच्चा हो गए. उसके वास्ते मैं गवाही दी कि प्रभु जी ने इस मुसीबत से सानू
ਬਾਹਰ ਕੱਢਿਆ ਹੈ। ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਜਿਨ੍ਹਾਂ ਨੇ ਤੁਸੀਂ ਸਾਡੀ ਖਾਤਰ ਪ੍ਰੇਅਰ ਕੀਤੀ, ਔਰ ਭਾਜੀ ਨੂੰ ਵੀ ਜੈ ਮਸੀਹ ਦੀ ਕਹਿਣਾ ਅਤੇ ਜੈ ਮਸੀਹ ਦੀ। ਥੈਂਕ ਯੂ। ਜੈਮਸੀ ਕੀ ਇਹ ਸਾਡੀ ਭੈਣ ਇਟਲੀ ਇੰਡੀਆ ਪਹੁੰਚੇ ਨੇ, ਔਰ ਇਹਨਾਂ ਦੀ ਬਹੂ ਤੁਸੀਂ ਸੁਣੀ ਚੁੱਕਿਆ ਹੋਏਗਾ ਕਿ ਇਹਨਾਂ ਦੀ ਬਹੂ ਨੂੰ ਕੈਂਸਰ ਦੀ ਜਿਹੜੀ ਪ੍ਰੋਬਲਮ ਹੈ ਉਹ ਚੁੱਕੀ ਸੀ, ਔਰ ਪਰਮੇਸ਼ੁਰ ਨੇ ਇਹਨਾਂ ਦੇ ਉੱਤੇ ਦਇਆ ਕੀਤੀ, ਇਹਨਾਂ ਦੀ ਬਹੂ ਦੇ ਉੱਤੇ, ਔਰ ਪ੍ਰਾਰਥਨਾ ਦਾ ਜਵਾਬ ਦਿੱਤਾ। ਸੋ ਪਰਮੇਸ਼ੁਰ ਉਹਨਾਂ ਬਿਮਾਰੀਆਂ ਦਾ ਇਲਾਜ ਕਰਨ ਦੀ ਕੁਦਰਤ ਅਤੇ ਸਮਰੱਥ ਰੱਖਦੇ ਨੇ, ਜਿਹੜੀਆਂ ਬਿਮਾਰੀਆਂ ਕਈ ਵਾਰੀ ਡਾਕਟਰ ਵੀ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ, ਪਰ ਪਰਮੇਸ਼ੁਰ ਹੈ ਜਿਹੜਾ ਡਾਕਟਰਾਂ ਦਾ ਡਾਕਟਰ ਹੈ, ਜੋ ਸਾਡੇ ਵਿਸ਼ਵਾਸ ਦੇ ਮੁਤਾਬਕ ਸਾਡੀਆਂ ਪ੍ਰਾਰਥਨਾ ਨੂੰ ਸੁਣਦਾ ਅਤੇ ਉੱਤਰ ਦਿੰਦਾ, ਕਿਉਂਕਿ ਵਿਸ਼ਵਾਸ ਦੇ ਨਾਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ। ਅਗਰ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਤਾਂ ਫਿਰ ਪ੍ਰਾਰਥਨਾ ਬੇਸ਼ੱਕ ਤੁਸੀਂ ਕਰੋ ਜਾਂ ਕਰਾਓ, ਤੁਹਾਡੇ 'ਤੇ ਕੋਈ ਅਸਰ ਨਹੀਂ ਹੋਏਗਾ। ਇਹ ਕੈਂਸਰ ਦੀ ਬਿਮਾਰੀ ਨੂੰ ਕਿਉਂ ਚੰਗਿਆਈ ਮਿਲੀ? ਕਿਉਂਕਿ ਇਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਔਰ ਕਰਵਾਈ, ਅਤੇ ਪਰਮੇਸ਼ੁਰ ਨੇ ਇਹਨਾਂ ਦੇ ਉੱਤੇ ਤਰਸ ਕੀਤਾ, ਇਹਨਾਂ ਦੀ ਬਹੂ ਨੂੰ ਅੱਜ 100% ਜਿਹੜੀ ਰਿਪੋਰਟ ਇਹਨਾਂ ਦੀ ਚੰਗੀ ਆਈ, ਔਰ 100% ਖਰੀ ਰਿਪੋਰਟ ਦੇ ਨਾਲ ਇਹ ਅੱਜ ਕੈਂਸਰ ਦੀ ਬਿਮਾਰੀ ਤੋਂ ਜਿਹੜੇ ਆਜ਼ਾਦ ਹੋ ਚੁੱਕੇ ਨੇ, ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਆਈਏ ਅਸੀਂ ਇਸ ਅਦਭੁਤ ਗਵਾਹੀ ਵਾਸਤੇ ਪ੍ਰਾਰਥਨਾ ਕਰਦੇ ਹਾਂ। ਪਿਤਾ ਪਰਮੇਸ਼ੁਰ ਜੀ, ਤੁਹਾਡਾ ਧੰਨਵਾਦ ਕਰਦੇ ਹੋਏ ਤੁਹਾਡੇ ਚਰਨਾਂ ਵਿੱਚ ਆਉਂਦੇ ਹਾਂ। ਇੱਕ ਵਾਰੀ ਫਿਰ ਖੁਦਾਵੀਂ ਯਿਸੂ ਨੂੰ ਅਸੀਂ ਉਸ ਜਲਾਲੀ ਨਾਮ ਨੂੰ ਖੁਦਾਵੀਂ ਯਿਸੂ ਨੂੰ ਅਸੀਂ ਉੱਚਾ ਕਰਦੇ ਹਾਂ, ਔਰ ਪਰਮੇਸ਼ੁਰ ਧੰਨਵਾਦ ਕਰਦੇ ਹਾਂ। ਭੈਣ ਰਾਜ ਰਾਣੀ ਦੀ ਬਹੂ ਦੇ ਉੱਤੇ ਤੁਸੀਂ ਦਇਆ ਕੀਤੀ, ਕੈਂਸਰ ਜੈਸੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਦਿੱਤਾ। ਲੱਖਾਂ ਅਤੇ ਕਰੋੜਾਂ ਵਾਰ ਵੀ ਧੰਨਵਾਦ ਕਰੀਏ ਅਤੇ ਉਹ ਵੀ ਥੋੜ੍ਹਾ ਹੈ ਪ੍ਰਮੇਸ਼ੁਰ। ਪਰਮੇਸ਼ੁਰ ਧੰਨਵਾਦ ਕਰਦੀ ਹਾਂ ਔਰ ਪ੍ਰਾਰਥਨਾ ਕਰਦੀ ਹਾਂ, ਐਸੇ ਤਮਾਮ ਜੋ ਰੋਗੀ ਨੇ ਪਰਮੇਸ਼ੁਰ, ਉਹਨਾਂ ਨੂੰ ਵੀ ਇਸ ਤਰੀਕੇ ਨਾਲ ਆਜ਼ਾਦ ਕਰ ਜੋ ਤੇਰੇ ਉੱਤੇ ਨੇਚਾ ਕਰਦੇ ਨੇ, ਤਾਂ ਕਿ ਖੁਦਾਵੰਦ ਤੁਹਾਡੇ ਨਾਮ ਦੀ ਵਡਿਆਈ ਹੋ ਸਕੇ, ਤੁਹਾਡੇ ਨਾਮ ਦੀ ਮਹਿਮਾ ਹੋ ਸਕੇ। ਸੱਚਮੁੱਚ ਪਰਮੇਸ਼ੁਰ, ਸਾਡੇ ਵਿੱਚ ਸਾਡਾ ਕੁਛ ਵੀ ਨਹੀਂ ਹੈ, ਇਹ ਤੇਰੀ ਦਇਆ ਤੇਰੀ ਕਰਨਾ ਹੈ ਕਿ ਤੂੰ ਆਪਣੇ ਲੋਕਾਂ ਨੂੰ ਬਚਾਉਂਦਾ ਹੈ ਔਰ ਆਪਣੇ ਲੋਕਾਂ ਉੱਤੇ ਕਿਰਪਾ ਕਰਦਾ ਅਤੇ ਉਹਨਾਂ ਨੂੰ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਦਿੰਦਾ। ਇਸ ਪਿਤਾ ਇਸ ਅਦਭੁਤ ਗਵਾਹੀ ਲਈ ਧੰਨਵਾਦ ਕਰਦੇ ਹਾਂ। ਉਸ ਭੈਣ ਵਾਸਤੇ ਖੁਦਾ ਉਹਨਾਂ ਆਉਣ ਵਾਲਿਆਂ ਦਿਨਾਂ ਵਿੱਚ ਵੀ ਸਲਾਮਤੀ ਔਰ ਸ਼ਾਂਤੀ ਚਾਹੁੰਦੇ ਹਾਂ, ਔਰ ਪਰਮੇਸ਼ੁਰ ਚਾਹੁੰਦੇ ਹਾਂ ਕਿ ਇਹ ਗਵਾਹੀ ਸਦਾ ਤੱਕ, ਜਦ ਤੱਕ ਉਹ ਧਰਤੀ 'ਤੇ ਜੀਵਤ ਰਹੇ, ਇਹ ਗਵਾਹੀ ਉਹਨਾਂ ਦੇ ਜੀਵਨ ਵਿੱਚ ਬਣੀ ਰਹੇ ਔਰ ਇਸੇ ਤਰ੍ਹਾਂ ਤੁਹਾਡੇ ਨਾਮ ਨੂੰ ਉਹ ਉੱਚਾ ਕਰਦੇ ਰਹਿਣ। ਸਾਡੀ ਪ੍ਰਾਰਥਨਾ ਨੂੰ ਸੁਣੋ ਅਤੇ ਕਬੂਲ ਕਰੋ, ਯਿਸੂ ਨਾਮ ਵਿੱਚ ਲੈ ਕੇ ਮੰਗਦੇ ਅਤੇ ਸਭ ਕੁਛ ਪਾ ਲੈਂਦੇ ਹਾਂ। ਆਮੇਨ ਆਮੇਨ। ਜੀ ਇਹ ਦੱਸੋ, ਇਹ ਭੈਣ ਜੋ ਰਾਜ ਰਾਣੀ ਹੈ, ਇਹ ਇੰਗਲੈਂਡ ਤੋਂ ਇੰਡੀਆ ਗਏ ਹੋਏ ਨੇ ਹੋਲੀਡੇ? ਜੀ 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 ਬਿਲਕੁਲ। ਉਹਨਾਂ ਨੇ ਉੱਥੋਂ ਜਾ ਕੇ ਗਵਾਹੀ ਦਿੱਤੀ, ਉਹਨਾਂ ਨੇ ਉੱਥੋਂ ਜਾ ਕੇ ਗਵਾਹੀ, ਮੇਰਾ ਖਿਆਲ ਬਰਮਿੰਗਮ ਤੋਂ। ਮੇਰਾ ਜੀ ਜੀ ਬਿਲਕੁਲ। ਇਹਨਾਂ ਦੀ ਨੂੰਹ ਜਿਹੜੀ ਬਿਮਾਰ ਸੀ, ਇੱਕ ਕੈਂਸਰ ਤੋਂ, ਹਾਂਜੀ, ਉਹ ਕੈਂਸਰ ਤੋਂ ਪੀੜਿਤ ਸੀ ਅਤੇ ਉਹਨਾਂ ਨੂੰ ਸ਼ਿਫਾ ਮਿਲੀ। ਖੁਦਾ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਵੀ ਸ਼ਿਫਾ ਮਿਲ ਜਾਂਦੀ ਹੈ, ਉਹਨਾਂ ਸਭ ਕੰਮ ਕਾਰਿਆ ਹੋ ਜਾਂਦੇ ਹਨ, ਬਾਅਦ ਵਿੱਚ ਪ੍ਰਭੂ ਨੂੰ ਯਾਦ ਨਹੀਂ ਰੱਖਦੇ। ਕੀ ਇਸ ਤਰ੍ਹਾਂ ਦੀ ਜੋ ਸ਼ਿਫਾ ਆ, ਜੇ ਇਸ ਤਰ੍ਹਾਂ ਦੀ ਬਿਮਾਰੀਆਂ ਕਿ ਹਮੇਸ਼ਾ ਲਈ ਠੀਕ ਰਹਿੰਦੇ ਜਾਂ ਉਹ ਫਿਰ ਵਾਪਸ ਵੀ ਆ ਸਕਦੀਆਂ, ਜੇ ਅਗਰ ਗਵਾਹੀ ਨਹੀਂ ਦਿੰਦੇ ਜਾਂ ਪ੍ਰਭੂ ਵਿੱਚ ਵੀ ਯਕੀਨ ਨਹੀਂ ਕਰਦੇ? ਕਿਉਂਕਿ ਜਦੋਂ ਅਸੀਂ ਪਰਮੇਸ਼ੁਰ, ਇੱਕ ਮੈਂ ਅਮਰੇਲਾ ਇੱਕ ਛਤਰੀ ਦੀ ਜਿਹੜੀ ਉਦਾਹਰਨ ਦੇਵਾਂਗੀ ਜੀ, ਅਗਰ ਬਾਰਿਸ਼ ਹੋ ਰਹੀ ਹੈ ਤੇ ਛਤਰੀ ਸਾਡੇ ਸਾਹਮਣੇ ਪਈ ਹੈ ਤੇ ਜੇ ਅਸੀਂ ਉਹਨੂੰ ਇਸਤੇਮਾਲ ਨਹੀਂ ਕਰਦੇ, ਉਸਨੂੰ ਖੋਲ ਕੇ ਉਹਦੇ ਥੱਲੇ ਨਹੀਂ ਜਾਂਦੇ, ਅਸੀਂ ਉਸ ਬਾਰਿਸ਼ ਤੋਂ ਬਚ ਨਹੀਂ ਸਕਦੇ ਜੀ। ਹਾਂਜੀ, ਅਗਰ ਉਹਦੇ ਨੀਚੇ ਜਾਵਾਂਗੇ ਤਾਂ ਅਸੀਂ ਉਸ ਬਾਰਿਸ਼ ਤੋਂ ਬਚ ਸਕਾਂਗੇ, ਉਸ ਤੂਫਾਨ ਤੋਂ ਅਸੀਂ ਬਚ ਸਕਾਂਗੇ ਜੀ। ਔਰ ਇਸੇ ਤਰ੍ਹਾਂ ਘਰ ਦੀ ਛੱਤ ਹੈ, ਜਿਹੜੀ ਘਰ ਦੀ ਛੱਤ ਹੈ, ਜਦ ਤੱਕ ਅਸੀਂ ਉਹਦੇ ਅੰਦਰ ਨਹੀਂ ਹੁੰਦੇ ਤਦ ਤੱਕ ਸਾਡੀ ਕੋਈ ਪ੍ਰੋਟੈਕਸ਼ਨ ਨਹੀਂ ਹੈ ਜੀ, ਸਾਨੂੰ ਘਰ ਤੋਂ ਬਾਹਰ ਕੁਛ ਵੀ ਅਟੈਕ ਹੋ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਹੈ, ਜਦੋਂ ਅਸੀਂ ਉਹਦੇ ਤੋਂ ਆਰਾਮ ਲੈਂਦੇ ਹਾਂ, ਜਦੋਂ ਉਹਦੇ ਅਸੀਂ ਉਹਦੇ ਤੋਂ ਤਸੱਲੀ ਪਾ ਲੈਂਦੇ ਹਾਂ, ਤੰਦਰੁਸਤੀ ਪਾ ਲੈਂਦੇ ਹਾਂ, ਜਦੋਂ ਅਸੀਂ ਉਹਦੇ ਘਰ ਦੇ ਵਿੱਚ ਵਾਪਸ ਨਹੀਂ ਮੁੜ ਕੇ ਆਉਂਦੇ, ਪਰਮੇਸ਼ੁਰ ਦੇ ਵਚਨ 'ਚ ਲਿਖਿਆ, ਜਿਹੜਾ ਆਤਮਾ ਤੁਹਾਡੇ ਵਿੱਚੋਂ, ਬੁਰਾ ਆਤਮਾ ਨਿਕਲਿਆ, ਉਹ 7 ਬੁਰੇ ਆਤਮਾ ਲੈ ਕੇ ਤੁਹਾਨੂੰ ਫਿਰ ਅਟੈਕ ਕਰੇਗਾ, ਕਿਉਂਕਿ ਪਹਿਲਾਂ ਤੋਂ ਉਹ ਇੱਕ ਸੀ, ਹੁਣ ਉਹ ਵੱਡੇ ਝੁੰਡ ਦੇ ਨਾਲ ਤੁਹਾਡੇ ਕੋਲ ਆਏਗਾ ਔਰ ਤੁਹਾਨੂੰ ਬੁਰੀ ਤਰ੍ਹਾਂ ਅਟੈਕ ਕਰੇਗਾ। ਕਿਉਂ ਕਰੇਗਾ? ਕਿਉਂਕਿ ਪਰਮੇਸ਼ੁਰ, ਉਹ ਪਰਮੇਸ਼ੁਰ ਦੀ ਛੱਤ ਹੇਠ ਨਹੀਂ ਲੋਕ ਰਹਿੰਦੇ, ਉਹ ਪਰਮੇਸ਼ੁਰ ਦੀ ਪ੍ਰੋਟੈਕਸ਼ਨ ਹੇਠ ਨਹੀਂ ਰਹਿੰਦੇ, ਅਤੇ ਜਦੋਂ ਅਸੀਂ ਪਰਮੇਸ਼ੁਰ ਦੀ ਪ੍ਰੋਟੈਕਸ਼ਨ ਵਿੱਚ ਨਹੀਂ ਹਾਂ, ਤਾਂ ਦੁਸ਼ਟ ਜਿਹੜਾ ਹੈ, ਜਿਹੜਾ ਸਾਨੂੰ ਬਿਮਾਰੀਆਂ ਜਾਂ ਪਰੇਸ਼ਾਨੀਆਂ ਦੇ ਵਿੱਚ ਵਾਰ ਵਾਰ ਜਿਹੜਾ ਤੰਗ ਕਰਦਾ ਹੈ, ਉਹਦੇ ਤੋਂ ਫਿਰ ਪਰਮੇਸ਼ੁਰ ਸਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦਾ। ਜਿੰਨੀ ਦੇਰ ਅਸੀਂ ਪਰਮੇਸ਼ੁਰ ਦੇ ਨੇੜੇ ਰਹਾਂਗੇ, ਪਰਮੇਸ਼ੁਰ ਦੇ ਵਿੱਚ ਬਣੇ ਰਹਾਂਗੇ, ਪਰਮੇਸ਼ੁਰ ਦੇ ਨਾਲ ਸੀਰੀਅਸਲੀ ਚੱਲਾਂਗੇ, ਉਦੋਂ ਹੀ ਪਰਮੇਸ਼ੁਰ ਜਿਹੜਾ ਸਾਡੇ ਉੱਤੇ ਕਿਰਪਾ ਕਰੇਗਾ। ਬਹੁਤ ਸਾਰੇ ਦਰਸ਼ਕ ਇਸ ਤਰ੍ਹਾਂ ਦੇ ਨੇ, ਮਤਲਬ ਦੁਆ ਕਹਿੰਦੇ, ਅਸੀਂ ਕਿਹੜਾ ਇਹਨੂੰ ਮੰਨਣਾ, ਆਪਣਾ ਕੰਮ ਲੈ ਲਓ, ਪਰ ਦੁਆ ਕਰਾਈ ਜਾਓ। ਉਹਨਾਂ ਦੁਆ ਕਈ ਕਈ ਸਾਲ ਲੱਗ ਜਾਂਦੇ, ਕਈ ਕਈ 6-6 ਮਹੀਨੇ ਵੀ ਲੱਗ ਜਾਂਦੇ, ਸਾਲ ਵੀ ਲੱਗ ਜਾਂਦੇ, ਪਰ ਦੁਆ ਨਹੀਂ ਸੁਣੀ ਜਾਂਦੀ। ਬਾਅਦ 'ਚ ਕੰਪਲੇਨ ਕਰ ਲਓ, ਜੀ ਮੈਂ ਤਾਂ ਦੁਆ ਕਰਾਈ ਸੀ ਤਾਂ ਦੁਆ ਮੇਰੀ ਸੁਣੀ ਨਹੀਂ ਗਈ, ਫਿਰ ਵਾਰ ਵਾਰ ਆ ਥੋੜ੍ਹਾ ਜਿਹਾ ਕੰਮ ਹੋਇਆ ਤਾਂ ਉਦੋਂ ਬਾਅਦ ਕੁਛ ਨਹੀਂ, ਦੁਆ ਨਹੀਂ ਸੁਣੀ। ਤੁਸੀਂ ਇਸ ਤਰ੍ਹਾਂ ਦਰਸ਼ਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਕੌਲ ਲੈ ਲਈਏ। ਹੈਲੋ ਜੈਮਸੀ ਦੀ,
ਜੈਮਸੀ ਦੀ ਭਰਾ ਜੀ, ਜੈਮਸੀ ਦੀ ਭੈਣ ਨੂੰ ਜੀ। ਜੈਮਸੀ ਕੀ ਕੌਣ ਗੱਲ ਕਰ ਰਹੇ? ਸੇਵਾ ਬੋਲਦੀ ਆ, ਬੋਲ ਹਮ ਤੁਮ ਦੋ। ਸੇਵਾ ਭੈਣ ਜੀ, ਜੈਮਸੀ ਕੀ, ਗੋਡ ਬਲੈਸ ਯੂ। ਜੈਮਸੀ ਦੀ ਮੇਰੇ ਗੋਡਿਆਂ ਲਈ ਪ੍ਰੇ ਕਰ ਦਿਓ, ਬਹੁਤ ਦਰਦ ਕਰਦੇ ਆ ਗੋਡੇ, ਖੜਦੀ ਆ ਨਾ ਜ਼ਿਆਦਾ ਦਰਦ ਕਰਦੇ ਆ ਖੜਨ। ਠੀਕ ਹੈ, ਅਸੀਂ ਗੋਡਿਆਂ ਵਾਸਤੇ ਤੁਹਾਡੇ ਵਾਸਤੇ ਪ੍ਰਾਰਥਨਾ ਕਰਦੇ ਹਾਂ। ਹਾਂਜੀ, ਪਹਿਲੇ ਨਹੀਂ ਕਦੀ ਕਦੀ ਦੁਖੇ, ਪਤਾ ਨਹੀਂ ਦੋ ਕੁ ਹਫ਼ਤੇ ਹੋ ਗਏ ਆ, ਜ਼ਿਆਦਾ ਹੀ ਦਰਦ ਕਰਦੇ। ਸਰਦੀ ਵੀ ਆ ਰਹੀ ਨਾ, ਸਰਦੀਆਂ ਨਾਲ ਵੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ। ਚਲੋ ਖੈਰ, ਤੁਸੀਂ ਤੇਲ ਔਰ ਪਾਣੀ ਵੀ ਰੈਡੀ ਰੱਖਣਾ। ਮੈਂ ਤੇਲ ਵੀ ਲਗਾਇਆ ਸੀਗਾ, ਪਰ ਜਦੋਂ ਮੈਂ ਖੜਦੀ ਉਦਾਂ ਪਹਿਲੇ ਨਾਲੋਂ ਤਾਂ ਫਰਕ ਹੈ, ਜਦੋਂ ਖੜਦੀ ਜ਼ਿਆਦਾ ਦਰਦ ਕਰਦੀ। ਚਲੋ ਠੀਕ ਆ, ਅਸੀਂ 7:25 ਤੇ ਫਿਰ ਅਸੀਂ ਤੇਲ ਔਰ ਪਾਣੀ ਤੇ ਦੁਆ ਕਰਾਂਗੇ। ਤੁਸੀਂ ਤੇਲ ਪਾਣੀ ਰੈਡੀ ਰੱਖਣਾ, ਫਿਲਹਾਲ ਤੁਸੀਂ ਆਪਣੇ ਗੋਡਿਆਂ ਤੇ ਹੱਥ ਰੱਖੋ ਤੇ ਜੈਸੀ ਤੁਹਾਡੇ ਲਈ ਦੁਆ ਕਰਦੇ ਨੇ। ਓਕੇ, ਥੈਂਕ ਯੂ ਸੇਵਾ ਜੀ, ਥੈਂਕ ਯੂ। ਆਈ ਅਸੀਂ ਪ੍ਰਾਰਥਨਾ ਕਰਦੇ ਆਪਣੀ ਭੈਣ ਸੇਵਾ ਜੀ ਵਾਸਤੇ। ਪ੍ਰਭੂ ਪਿਤਾ ਪਰਮੇਸ਼ੁਰ ਜੀ, ਤੁਹਾਡੇ ਚਰਨਾਂ ਵਿੱਚ ਇੱਕ ਵਾਰੀ ਫਿਰ ਆਉਂਦੇ ਹਾਂ, ਔਰ ਖੁਦਾਵੇਂ ਯਿਸੂ ਪਿਤਾ, ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੀ ਬੇਟੀ ਦੇ ਗੁਡਨਿਆਂ ਦੇ ਵਿੱਚ ਜੋ ਕੁਛ ਵੀ ਦਰਦ ਹੈ, ਇਹ ਸਾਰੀ ਦਰਦ ਨੂੰ ਯਿਸੂ ਨਾਮ ਵਿੱਚ ਮੈਂ ਰਿਬਿਊਕ ਕਰਦੀ ਹਾਂ। ਆਈ ਕਮਾਂਡ ਯੂ ਰਾਈਟ ਨਾਓ ਇਨ ਦਾ ਨੇਮ ਆਫ ਜੀਸਸ, ਆਈ ਰਿਬਿਊਕ ਯੂ ਇਨ ਦਾ ਨੇਮ ਆਫ ਜੀਸਸ। ਇਹ ਦਰਦ ਇਸ ਬਦਨ ਨੂੰ ਛੋੜ ਔਰ ਚਲੀ ਜਾ, ਆਈ ਸੇ ਇਸ ਵਕਤ ਇਸ ਬਦਨ ਨੂੰ ਛੋੜ ਔਰ ਚਲੀ ਜਾ। ਪਰਮੇਸ਼ੁਰ, ਤੁਹਾਡੀ ਬੇਟੀ ਗਵਾਹੀ ਦੇ ਨਾਲ ਵਾਪਸ ਆ ਸਕੇ, ਆਪਣੀ ਸਾਮਰਥ ਦੇ ਦੁਆਰਾ ਆਪਣੀ ਬੇਟੀ ਨੂੰ ਚੰਗਿਆਈ ਬਖਸ਼ੋ ਖੁਦਾਵਨ। ਸੱਚਮੁੱਚ ਤੁਸੀਂ ਡਾਕਟਰਾਂ ਦੇ ਡਾਕਟਰ ਅਤੇ ਹਕੀਮਾਂ ਦੇ ਹਕੀਮ ਹੋ ਖੁਦਾਵਨ। ਤੁਹਾਡੀ ਬੇਟੀ ਖੁਦਾਵਨ ਤੁਹਾਡੇ ਤੋਂ ਚੰਗਿਆਈ ਲੈਣਾ ਚਾਹੁੰਦੀ ਹੈ ਪ੍ਰਭੂ। ਤੁਹਾਡੇ ਵਚਨ 'ਚ ਲਿਖਿਆ, ਜੋ ਨੇਚਾ ਦੇ ਨਾਲ ਮੇਰੇ ਕੋਲ ਆਉਂਦਾ ਹੈ ਉਹ ਸਭ ਕੁਛ ਪ੍ਰਾਪਤ ਕਰਦਾ ਹੈ। ਪਰਮੇਸ਼ੁਰ, ਤੁਹਾਡੀ ਬੇਟੀ ਵੱਡੀ ਨੇਚਾ ਰੱਖਦੀ ਹੈ ਕਿ ਤੁਸੀਂ ਚੰਗਿਆਈ ਦੇਣ ਦੇ ਪਰਮੇਸ਼ੁਰ ਹੋ ਪ੍ਰਭੂ ਜੀ, ਤੁਸੀਂ ਦਇਆ ਵਿੱਚ ਸਮਰਥੀ ਹੋ ਪ੍ਰਭੂ ਜੀ। ਮੇਰੀ ਦੁਆ ਹੈ ਕਿ ਖੁਦਾਵੰਦ ਤੁਹਾਡੀ ਬੇਟੀ ਚੰਗੀ ਹੋ ਜਾਏ, ਤੁਹਾਡੀ ਬੇਟੀ ਰੋਗ ਤੋਂ ਰਿਹਾਈ ਹੋ ਜਾਏ, ਤੁਹਾਡੀ ਬੇਟੀ ਤੁਹਾਡੇ ਨਾਮ ਦੀ ਗਵਾਹੀ ਲੈ ਕੇ ਵਾਪਸ ਆਏ ਪ੍ਰਭੂ ਜੀ। ਜੋ ਅਦਭੁਤ ਕਾਰਿਆ ਤੁਸੀਂ ਇਹਨਾਂ ਦੇ ਜੀਵਨ ਵਿੱਚ ਕਰ ਚੁੱਕੇ ਹੋ ਨੇ, ਉਹਨਾਂ ਵਾਸਤੇ ਧੰਨਵਾਦ ਕਰਦੇ। ਸਾਰਾ ਆਦਰ ਅਤੇ ਜਲਾਲ ਅਤੇ ਮਹਿਮਾ ਤੁਹਾਡਾ ਹੈ ਅਤੇ ਤੁਹਾਨੂੰ ਦਿੰਦੇ ਹਾਂ। ਯਿਸੂ ਨਾਮ ਵਿੱਚ ਲੈ ਕੇ ਮੰਗਦੇ ਅਤੇ ਸਭ ਕੁਛ ਪਾ ਲੈਂਦੇ ਹਾਂ। ਆਮੇਨ, ਆਮੇਨ। ਜੈਸੀ ਸੇਵਾ ਤੋਂ ਜੇ ਜਾਤ ਆ ਗਿਆ, ਜੋ ਭੈਣ ਕੋਲ ਲੈ ਲਈਏ। ਹੈਲੋ ਜੈਮਸੀ ਦੀ, ਬੇਟੇ ਦਾ ਨਾਮ ਜਗਮੀਤ ਆ। ਕੋਈ ਗੱਲ ਨੀ, ਅਸੀਂ ਉਹਨਾਂ ਵਾਸਤੇ ਵੀ ਪ੍ਰਾਰਥਨਾ, ਤੁਸੀਂ ਆਪਣੇ ਬੇਟੇ ਵਾਸਤੇ ਚਾਹੁੰਦੇ ਕਿ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਏ? ਆਹੋ, ਪ੍ਰਾਰਥਨਾ ਕੀਤੀ ਜਾਏ, ਉਹਦੇ ਦਿਲ ਨੂੰ ਪ੍ਰਭੂ ਚੇਂਜ ਕਰੇ। ਮੈਂ ਰੋਜ਼, ਮੈਂ ਤਾਂ ਪ੍ਰਭੂ ਨੂੰ ਭਾਲੇ ਆ, ਜਿੱਦਾਂ ਮੇਰਾ ਬੇਟਾ ਛੋਟਾ ਠੀਕ ਕਰ ਦਿੱਤਾ ਸੀ, ਮੈਂ ਪ੍ਰਭੂ ਨੂੰ ਹੀ ਦੇਖਦੀ ਹਾਂ, ਹੋਰ ਪਾਸੇ ਨਹੀਂ ਮੈਂ ਦੇਖਦੀ। ਓਕੇ, ਤੁਸੀਂ ਕੋਸ਼ਿਸ਼ ਕਰਨਾ ਸਾਡੇ ਪਰਸਨਲ ਨੰਬਰ ਦੇ ਉੱਤੇ ਫੋਨ ਕਰਨਾ, ਤੇ ਮੈਂ ਬਹੁਤ ਖੁਸ਼ ਹੋਵਾਂਗੀ ਅਗਰ ਤੁਹਾਡਾ ਫੋਨ ਮੈਨੂੰ ਆਏਗਾ ਤਾਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਤੇ ਕੱਲ ਬੀਜੀ ਸੀ, ਮੈਂ ਕਿਹਾ ਜਿੰਨਾ ਕੁਛ ਸਰਦਾ ਮੈਂ ਤੁਹਾਨੂੰ ਦੇ ਦਵਾਂ। ਹਾਂਜੀ, ਤੋ ਸਾਡਾ ਨੰਬਰ ਤਾਂ ਆਊਗਾ ਥੋੜ੍ਹੀ ਦੇਰ ਬਾਅਦ, ਸ਼ਾਇਦ ਫੀਡਬੈਕ ਨੰਬਰ ਆ ਰਿਹਾ ਹੋਗਿਆ, 0794879741। ਔਰ ਸਾਡੇ ਯੂਟਿਊਬ 'ਤੇ ਵੀ ਪ੍ਰੋਗਰਾਮ ਇਹ ਪ੍ਰੋਗਰਾਮ ਚੜ੍ਹ ਜਾਣਾ, ਤਾਂ ਯੂਟਿਊਬ 'ਤੇ ਦੇਖ ਕੇ ਸਾਡਾ ਨੰਬਰ ਤੁਸੀਂ ਕਰ ਸਕਦੇ ਹੋ, ਸਾਡੇ ਪ੍ਰੋਗਰਾਮ ਜਿਹੜੇ ਦੇਖ ਸਕਦੇ ਹੋ। ਤੁਸੀਂ ਇੱਦਾਂ ਕਰੋ, ਬੈਂਕ ਦਾ ਨੰਬਰ ਮੇਰਾ ਟੈਲੀਫੋਨ ਤੁਹਾਡੇ ਕੋਲ ਆ ਗਿਆ ਹੁਣ, ਅਤੇ ਉਹਦੇ 'ਤੇ ਪਾ ਦਿਓ। ਠੀਕ ਹੈ, ਤੁਸੀਂ ਤੁਸੀਂ ਬਾਅਦ ਵਿੱਚ ਸਾਨੂੰ ਫੋਨ ਕਰਨਾ, ਆਪਾਂ ਉਸ ਤੋਂ ਬਾਅਦ ਇਸ ਦੇ ਬਾਰੇ ਗੱਲ ਕਰਾਂਗੇ, ਸੇਵਾ ਦੇ ਬਾਰੇ ਵੀ। ਤੁਸੀਂ ਸਾਨੂੰ ਫੋਨ ਕਰਨਾ, ਆਪਾਂ ਉਸ ਤੋਂ ਬਾਅਦ ਬਹੁਤ ਸਾਰਾ ਆਪਾਂ ਇੱਕ ਟਾਈਮ ਸਮਾਂ ਬਹੁਤ ਸੀਮਤ। ਕੱਲ੍ਹ ਵੀ ਕਹਿੰਦਾ ਸੀ ਪ੍ਰਭੂ ਵੱਲੋਂ, ਕਹਿੰਦਾ ਸੀ ਕਿ ਸੇਵਾ ਦੇ ਦੇ। ਬਿਲਕੁਲ ਬਿਲਕੁਲ, ਥੈਂਕ ਯੂ ਤੁਹਾਡਾ ਫੋਨ ਕਰਨਾ। ਫਿਲਹਾਲ ਅਸੀਂ ਜਗਮੀਤ ਲਈ ਅਸੀਂ ਦੁਆ ਕਰਦੇ ਹਾਂ। ਥੈਂਕ ਯੂ, ਕਿਉਂ ਮੈਂ ਤਾਂ ਪ੍ਰਭੂ ਦੇ ਵਿੱਚ 208 ਤੇ ਆਈ ਹੋਈ ਹਾਂ। ਠੀਕ ਹੈ, ਥੈਂਕ ਯੂ ਜੀ। ਜਿਸ ਨੇ ਬਹੁਤ ਪ੍ਰਭੂ ਨੇ ਬਹੁਤ ਕੁਛ ਕੀਤਾ ਮੇਰੇ ਲਈ, ਬਹੁਤ ਚੰਗਿਆਈਆਂ ਦਿੱਤੀਆਂ। ਜਗਮੀਤ ਚੱਲੇਗਾ ਯਿਸੂ ਦੇ ਨਾਮ ਵਿੱਚ, ਉਹ ਠੀਕ ਹੋ ਰਿਹਾ, ਮੇਰੇ ਕੋਲ ਹਰ ਹਫ਼ਤੇ ਆਉਂਦਾ ਹੈ। ਜਗਮੀਤ ਚੱਲੇਗਾ ਯਿਸੂ ਦੇ ਨਾਮ ਵਿੱਚ, ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਉਹਦਾ ਬਾਪ ਪਰਮੇਸ਼ੁਰ ਹੈ। ਹਾਂਜੀ ਹਾਂਜੀ, ਨਹੀਂ ਨਹੀਂ, ਮੈਂ ਪਰਮੇਸ਼ੁਰ ਨੂੰ ਮੰਨਦੀ ਹਾਂ, ਪਰਮੇਸ਼ੁਰ ਤੁਹਾਡੇ ਰਾਹੀਂ ਆਪਣੇ ਖਾਦਮਾ ਰਾਹੀਂ ਕੰਮ ਕਰਦਾ ਜੀ, ਜ਼ਰੂਰ ਕਰੇਗਾ। ਹਾਂਜੀ ਬਿਲਕੁਲ, ਖੁਸ਼ੀ ਹੋਏਗੀ ਤੁਹਾਡਾ ਬਹੁਤ ਬਹੁਤ। ਤੁਸੀਂ ਮੈਨੂੰ ਉਹ ਆਪਣਾ ਬੈਂਕ ਦਾ ਨੰਬਰ ਸੈਂਡ ਕਰ ਦਿਓ।
ਹਾਂਜੀ ਕਰਾਂਗੇ। ਤੁਸੀਂ ਸਾਡੇ ਨਾਲ ਕੰਟੈਕਟ ਕਰਿਓ ਤੇ ਜਾਂ ਤੁਸੀਂ ਆਪਣਾ ਨੰਬਰ ਵੀ ਸਾਡੇ ਨਾਲ, ਫਿਰ ਉਸ ਤੋਂ ਬਾਅਦ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ। ਫਿਲਹਾਲ ਸਾਡਾ ਬੈਂਕ ਦਾ ਨੰਬਰ, ਸਾਡੀ ਡਿਟੇਲਸ ਆ ਰਹੀਆਂ ਸਕਰੀਨ ਤੇ, ਜੇ ਤੁਸੀਂ ਵੇਖੋ ਤਾਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ। ਮੇਰੇ ਦੇਦੇ ਵੀ ਇਦਾਂ ਦੇ ਹੀ ਆ, ਕੰਮ ਕਰਦੇ ਨੇ। ਚਲੋ ਠੀਕ ਹੈ, ਤੁਸੀਂ ਸਾਡੇ ਨਾਲ ਫੋਨ ਕਰਨਾ ਤੇ ਫਿਰ ਆਪਾਂ ਗੱਲਬਾਤ ਕਰਾਂਗੇ। ਥੈਂਕ ਯੂ। ਆਈਏ ਅਸੀਂ ਜਗਮੀਤ ਸਿੰਘ ਵਾਸਤੇ ਪ੍ਰਾਰਥਨਾ ਕਰਦੇ ਹਾਂ। ਮਾਤਾ ਨਰਿੰਦਰ ਕੌਰ ਜੀ ਦਾ ਕਹਿਣਾ ਹੈ ਕਿ ਬੇਟੇ ਦੇ ਵਾਸਤੇ ਪ੍ਰਾਰਥਨਾ ਕੀਤੀ ਜਾਏ। ਆਈਏ ਅਸੀਂ ਆਪਣੀ ਭੈਣ ਨਰਿੰਦਰ ਕੌਰ ਦੀ ਫਰਮਾਇਸ਼ ਨੂੰ ਪਰਮੇਸ਼ੁਰ ਦੇ ਅੱਗੇ ਰੱਖਦੇ ਹਾਂ। ਉਹ ਜਿਉਂਦਾ ਪਰਮੇਸ਼ੁਰ ਤੇ ਸੁਣਦਾ ਤੇ ਵਾਅਦਿਆਂ ਦਾ ਉੱਤਰ ਦਿੰਦਾ ਹੈ। ਯਿਸੂ ਪਿਤਾ, ਤੁਹਾਡਾ ਲੱਖਾਂ ਤੇ ਕਰੋੜਾਂ ਵਾਰ ਧੰਨਵਾਦ ਕਰਦੇ ਹਾਂ ਕਿ ਖੁਦਾਵੰਦ ਤੁਹਾਡੀ ਬੇਟੀ ਨੇ, ਖੁਦਾਵੰਦ ਸਾਨੂੰ ਨਹੀਂ ਬਲਕਿ ਤੁਹਾਡੇ ਅੱਗੇ ਆਪਣੇ ਬੇਟੇ ਜਗਮੀਤ ਵਾਸਤੇ ਖੁਦਾਵੰਦ ਪ੍ਰਾਰਥਨਾ ਕੀਤੀ ਹੈ। ਪਰਮੇਸ਼ੁਰ, ਤੁਹਾਡੇ ਵਚਨ 'ਚ ਲਿਖਿਆ ਜਦੋਂ ਤੁਸੀਂ ਗੱਲਾਂ ਹੀ ਕਰਦੇ ਹੋਵੋਗੇ ਤਾਂ ਮੈਂ ਸੁਣ ਲਵਾਂਗਾ। ਪਰਮੇਸ਼ੁਰ, ਉਹ ਖੁਦਾਵੰਦ ਤੁਹਾਡੀ ਬੇਟੀ ਨੇ, ਖੁਦਾਵੰਦ ਤੁਹਾਡੇ ਨਾਲ ਖੁਦਾਵੰਦ ਗੱਲਾਂ ਕੀਤੀਆਂ ਨੇ ਔਰ ਤੁਸੀਂ ਸੁਣ ਚੁੱਕੇ ਹੋ। ਪਰਮੇਸ਼ੁਰ, ਅਸੀਂ ਜਗਮੀਤ ਵਾਸਤੇ ਇੱਕ ਵਾਰੀ ਫਿਰ ਪ੍ਰਾਰਥਨਾ ਕਰਦੀਆਂ, ਤਮਾਮ ਬੁਰਾ ਡਿਜ਼ੀਜ਼, ਤਮਾਮ ਕਮਜ਼ੋਰੀ, ਹੱਡੀਆਂ ਦਾ ਰੋਗ ਯਿਸੂ ਨਾਮ ਵਿੱਚ, ਆਈ ਕਮਾਂਡ ਯੂ ਇਨ ਦ ਨੇਮ ਆਫ ਜੀਸਸ, ਹਾਲੇਲੂਇਆ। ਓ ਆਈ ਕਮਾਂਡ ਯੂ, ਆਈ ਰਿਬਿਊਕ ਯੂ ਇਨ ਦ ਨੇਮ ਆਫ ਜੀਸਸ, ਹਾਲੇਲੂਇਆ। ਖੁਦਾਵੰਦ ਯਿਸੂ, ਹੋਣ ਦੇ ਕੇ ਜਗਮੀਤ ਆਪਣੇ ਪੈਰਾਂ ਤੇ, ਆਪਣੀ ਜਗ੍ਹਾ ਤੇ ਖੜਾ ਹੋਏ ਔਰ ਤੇਰੇ ਨਾਮ ਦੀ ਵਡਿਆਈ ਹੋ ਸਕੇ। ਯਿਸੂ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਝ ਪਾ ਲੈਂਦੇ ਹਾਂ। ਆਮੇਨ, ਆਮੇਨ। ਹੈਲੋ ਜੈਮਸੀ ਦੀ। ਹੈਲੋ, ਮਾਈ ਨੇਮ ਇਜ਼ ਕੁਸੁਮ। ਜੈਮਸੀ ਕੌਣ ਬੋਲ, ਲੈਸਟਰ ਸੇ ਕੌਣ ਬਹਿਣ ਬੋਲ ਰਹੇ ਹੋ? ਹਾਂ, ਲੈਸਟਰ ਸੇ। ਮੇਰੇ ਪੈਰ ਦੁਖਤਾ ਹੈ, ਹੱਥ ਦੁਖਤਾ ਹੈ। ਜੀ ਬਹਿਣ, ਆਪ ਆਪਣਾ ਨਾਮ ਬਤਾਉਣਾ ਚਾਹੋਗੇ? ਕੁਸੁਮ। ਕੁਸਮ ਜੀ, ਹਮ ਆਪਕੀ ਬਾਤ ਸੁਣ ਰਹੇ ਹੈਂ, ਬਾਤ ਬਤਾਏ ਆਗੇ। ਮੈਂ ਬੋਲਤੀ ਕਿ ਮਾਈ ਬ੍ਰਦਰ ਸਿਖਮ ਫਰਮ ਮਾਈ ਬ੍ਰਦਰ ਇਸ ਨਾ ਸਪੀਕਿੰਗ ਵਿਦ ਮੀ, ਸਪੀਕ ਵਿਦ ਮੀ। ਯੂਰ ਬ੍ਰਦਰ? ਯੈਸ, ਸਪੀਕ ਵਿਦ ਮੀ, ਯੈਸ। ਓਕੇ, ਆਈ ਹੈਂਡ ਓਵਰ ਟੂ ਹਿਮ, ਇਫ ਯੂਰ ਬ੍ਰਦਰ ਵਾਂਟ ਟੂ ਟਾਕ ਵਿਦ ਅਸ, ਵੀ ਕੈਨ ਟਾਕ ਵਿਦ ਹਿਮ। ਓਕੇ, ਗੁੱਡ, ਪ੍ਰੇ ਪ੍ਰੇ ਫੋਰ ਮੀ। ਓਕੇ ਓਕੇ, ਪੂਰੀ ਤਰ੍ਹਾਂ ਇਸ ਬਹਿਨ ਕੀ ਬਾਤ ਕੋ ਸਮਝ ਨਹੀਂ ਪਾਏ। ਚਲੀਏ, ਹਮ ਦੁਆ ਕਰਤੇ ਹੈ। ਇਤਨਾ ਮੁਝੇ ਪਤਾ ਚਲਾ ਹੈ ਕਿ ਇਨਕੇ ਹਾਥ ਮੇਂ ਦਰਦ ਹੈ, ਇਨਕੇ ਪਾਓਂ ਮੇਂ ਦਰਦ ਹੈ। ਆਈਏ, ਹਮ ਦੁਆ ਕਰਤੇ ਹੈ। ਔਰ ਬ੍ਰਦਰ ਕੇ ਲਈ ਵੀ ਜੋ ਵੀ ਪ੍ਰੋਬਲਮ, ਗੋਡ ਨੋਸ, ਗੋਡ ਨੋਸ ਉਨਕੇ ਭਾਈ ਕੀ ਪ੍ਰੋਬਲਮ ਜੋ ਵੀ ਹੈ। ਹਮ ਆਈਏ ਦੁਆ ਮੇਂ ਝੁਕਤੇ ਹੈ। ਖੁਦਾਵੰਦ ਤੇਰੇ ਕਦਮੋਂ ਮੇਂ ਇੱਕ ਵਾਰ ਫਿਰ ਹਮ ਝੁਕਤੇ ਹੈ ਔਰ ਝੁਕ ਕਰ ਸਿਜਦਾ ਕਰਤੇ ਹੈ ਔਰ ਦੁਆ ਕਰਤੇ ਹੈ। ਖੁਦਾਵੰਦ, ये सारी दर्दों को यीशु नाम से हुक्म देते हैं कि बहन कुसुम के हाथ को, इनके पाँव को छोड़े और यीशु नाम से जाएं। इनके भाई के लिए दुआ करते हैं, जो कुछ भी उनकी बीमारी है यीशु नाम से, उनकी परेशानी को यीशु नाम से हिराते हैं, गिराते हैं, यीशु नाम से कैंसिल करते हैं। ओ खुदावन, तेरा दायना हाथ बढ़े, तेरे बच्चों को छू ले और तेरे बच्चे खुदावन तेरी गवाही के लिए वापस खुदावन आए और तेरे नाम को ऊंचा करे। खुदावन, हमारी दुआ को सुन और कबूल कर। यीशु, तेरे मीठे और मधुर नाम में लेकर मांगते और सब कुछ पा लेते हैं। आमीन, आमीन। जैसी गल बच्चा थी मतली दुआ कि प्रभु यीशु मसीह ऐसे लोगों को माफ कर सकते जो मतली दुआ कराते हैं जी। कॉल ले लिया। हेलो जैमसी दी। जैमसी दी भाजी। जैमसी दी कौन बोल रहे जी, किस जगह तो बोल रहे हो? हां भाई, सतनाम बोलदा मतली तो। सतनाम, सतनाम जी, की हाल चाल है? हां जी भाई, ठीक ठाक। की कहना चाहते मेरे वीर? ਮੈਂ ਭਾਜੀ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਥੋੜੇ ਟਾਈਮ ਤੋਂ ਆਪਣੇ ਬਲੱਡ ਪ੍ਰੈਸ਼ਰ ਬਦਲਣ ਲੱਗ ਪਿਆ ਜੀ, ਜੀ ਮੈਂ ਭੈਣ ਨੂੰ ਕਹਿ ਕੇ ਫੇਰ ਕਰਾਣੀ ਸੀਗੀ। ਬਿਲਕੁਲ, ਹੋਰ ਸਭ ਪਰਿਵਾਰ ਠੀਕ ਠਾਕ? ਸੇਵਾ ਫੇਰ ਭੇਜਾਂਗੇ ਉਹ ਆਪਾਂ ਨੂੰ, ਜਿੱਦਾਂ ਉਹ ਆਪਣੇ ਤੁਸੀਂ ਨੰਬਰ ਦਿੱਤਾ ਸੀਗਾ ਇੱਥੋਂ ਇਟਲੀ ਦਾ। ਹਾਂਜੀ, ਉਹਨਾਂ ਦਾ ਵੀਰ, ਉਹਨਾਂ ਦਾ ਫੇਰ ਕਿਤੇ ਕੰਟੈਕਟ ਕਰਿਓ, ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ। ਉਹਨਾਂ ਨੇ ਪੈਸੇ ਮੇਰੇ ਪਾਏ ਦੇ, ਇੱਕ ਵਾਰ ਫੇਰ ਮੈਂ ਸੇਵਾ ਭੇਜਣੀ। ਬਿਲਕੁਲ ਤੁਸੀਂ, ਹਾਂਜੀ ਹਾਂ ਠੀਕ ਸਮਝ ਲੱਗ ਗਏ। ਹਾਂ ਜੀ, ਮੇਰੇ ਖਿਆਲ ਚ ਚਿੱਟੀ ਵਾਲਿਆਂ ਦਾ ਇਹਨਾਂ। ਜੀ ਜੀ, ਗੁਰਮੇਲ ਸਿੰਘ ਜੀ। ਹਾਂ ਜੀ, ਹਾਂ ਜੀ, ਹਾਂ ਜੀ। ਉਹਨਾਂ ਦਾ ਨੰਬਰ ਮੈਂ ਲਾ ਕੇ ਜੇ ਹੋਇਆ ਨਾ ਮੈਂ ਉਹਨਾਂ ਨਾਲ ਕੰਟੈਕਟ ਕਰੂੰਗਾ ਜੀ, ਤੇ ਨਹੀਂ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਜਿੱਦਾਂ ਹੁਣ ਵੀ ਜੇ ਸੁਣਦੇ ਹੋਣ ਤਾਂ ਉਹ ਕੰਟੈਕਟ ਕਰ ਲੈਣ ਆਪਣੇ ਨਾਲ। ਜ਼ਰੂਰ ਸੁਣਦੇ ਹੋਣਗੇ, ਤੇ ਨਾ ਵੀ ਹੋਇਆ ਤਾਂ ਅਸੀਂ ਜ਼ਰੂਰ ਤੁਹਾਡਾ ਮੈਸੇਜ ਜਿਹੜਾ ਭਾਈ ਗੁਰਮੇਲ ਜੀ ਨੂੰ, ਭੈਣ ਸੁਨੀਤਾ ਨੂੰ ਦੇ ਦਾਂਗੇ। ਮੈਨੂੰ ਫਿਰ ਇੱਕ ਵੀ ਸਮਝਾ ਦੇਣਗੇ, ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਗੇ ਉਹ ਦੁਬਾਰਾ ਜਿੱਦਾਂ ਉਹਨੇ ਭੇਜੇ ਸੀਗੇ ਜੀ। ਜ਼ਰੂਰ ਜ਼ਰੂਰ, ਥੈਂਕ ਯੂ ਸਤਨਾਮ ਜੀ, ਤੁਸੀਂ ਇਹ ਜੋਖਮ ਕੀਤਾ ਸੇਵਾ ਭੇਜਣ ਦਾ ਔਰ ਬੜੀ ਤੁਸੀਂ ਦੁਆ ਕਰੋ ਜੈਸੀ ਜਿਹਨਾਂ ਲਈ ਜੀ। ਥੈਂਕ ਯੂ ਵੀਰ ਜੀ। ਆਈਏ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ। ਅੱਖਾਂ ਨੂੰ ਬੰਦ ਕਰੀਏ,
ਆਪਣੇ ਸਿਰ ਦੇ ਉੱਤੇ ਆਪਣਾ ਹੀ ਹੱਥ ਰੱਖ ਲਈਏ ਔਰ ਪਰਮੇਸ਼ਰ ਆਪਣੀ ਸਮਰਥ ਨੂੰ ਉਂਡੇਲੇਗਾ ਔਰ ਬਲੱਡ ਪ੍ਰੈਸ਼ਰ ਜੈਸੀ ਬਿਮਾਰੀ ਨੂੰ ਯਿਸੂ ਮਸੀਹ ਆਪਣੇ ਨਾਮ ਦੀ ਖਾਤਰ ਹਰਾਏਗਾ ਕਿਉਂਕਿ ਉਹ ਪਰਮੇਸ਼ਰ ਵਿਕਟੋਰੀਅਸ ਗੋਡ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਿਤਾ ਯਿਸੂ ਨਾਸਰੀ ਜੀ, ਤੁਹਾਡੇ ਚਰਨਾਂ ਵਿੱਚ ਇੱਕ ਵਾਰੀ ਫਿਰ ਝੁੱਕਦੇ ਹਾਂ ਔਰ ਪ੍ਰਾਰਥਨਾ ਕਰਦੇ ਆਪਣੇ ਭਾਈ ਸਤਨਾਮ ਵਾਸਤੇ। ਤਮਾਮ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਯਿਸੂ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਆਪਣੀ ਪੋਜੀਸ਼ਨ ਦੇ ਵਿੱਚ ਹੋ ਜਾਏ। ਬਲੱਡ ਪ੍ਰੈਸ਼ਰ ਦੀ ਬਿਮਾਰੀ ਯਿਸੂ ਨਾਮ ਵਿੱਚ ਇਸ ਬਦਨ ਨੂੰ ਛੋੜੇ ਔਰ ਜਾਏ ਔਰ ਪਰਮੇਸ਼ਰ ਤੇਰੀ ਬੇਟਾ ਤੇਰੇ ਨਾਮ ਵਿੱਚ ਆਰਾਮ ਪਾਏ, ਤਸੱਲੀ ਪਾਏ। ਔਰ ਖੁਦਾ ਨੂੰ ਮੈਂ ਦੁਆ ਕਰਦੀ ਤੇਰੇ ਬੇਟੇ ਨੇ ਜੋ ਤੇਰੀ ਸੇਵਾ ਭੇਜਣ ਦਾ ਵਾਅਦਾ ਕੀਤਾ ਹੈ ਉਹ ਸੇਵਾ ਨੂੰ ਹੁਣ ਤੋਂ ਹੀ ਆਪਣੇ ਘਰ ਵਿੱਚ ਪ੍ਰਵਾਨ ਕਰਨਾ, ਉਹਦੇ ਬਦਲੇ ਹਜ਼ਾਰਾਂ ਗੁਣਾ ਵਾਪਸ ਲਟਾਉਣਾ। ਯਿਸੂ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ। ਆਮੇਨ ਆਮੇਨ। ਹੈਲੋ ਜੀ ਐਮਸੀ ਜੀ। ਹੈਲੋ ਹੈਲੋ ਜੀ। ਹਾਂਜੀ ਕੌਣ ਬੋਲ ਰਿਹਾ ਜੀ? ਮੈਂ ਗੁਰਮੇਸ਼ ਤੋਂ ਬੋਲ ਰਿਹਾ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਮੇਰੇ ਵੀਰ? ਮੈਂ ਦੁਆ ਕਰਾਉਣਾ ਚਾਹੁੰਦਾ, ਮਤਲਬ ਵੀ ਮੇਰੇ ਪੇਪਰ ਲੱਗੇ ਤੇ ਮੈਂ ਪੇਪਰ ਨਾਲ ਹੱਲ ਹੋ ਜਾਵੇ। ਮਤਲਬ ਠੀਕ ਹੈ, ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ। ਹਾਂਜੀ ਹਾਂਜੀ, ਅੱਜ ਅਸੀਂ ਦੁਆ ਕੀਤੀ ਜਾਵੇ। ਹੋਰ ਸਭ ਪਰਿਵਾਰ ਠੀਕ ਠਾਕ? ਸਭ ਠੀਕ ਹੈ, ਮੇਰਾ ਮਾਲਕ ਦੀ ਕਿਰਪਾ ਚਾਹੀ। ਚਲੋ ਤੁਸੀਂ ਟੈਲੀਫੋਨ ਰੱਖੋ, ਸਾਡੇ ਨਾਲ ਦੁਆ ਵਿੱਚ ਸ਼ਾਮਲ ਹੋ। ਥੈਂਕ ਯੂ ਵੈਰੀ ਮਚ, ਥੈਂਕ ਯੂ। ਆਈਏ ਅਸੀਂ ਇਸ ਭਾਈ ਵਾਸਤੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਪਰਮੇਸ਼ਰ, ਤੂੰ ਜੀਵਨ ਦਾ ਪਰਮੇਸ਼ਰ ਹੈ ਔਰ ਉੱਤਰ ਦੇਣ ਦੀ ਸਮਰੱਥ ਰੱਖਦਾ ਹੈ। ਪਰਮੇਸ਼ਰ ਤੂੰ ਹਾਲਾਤਾਂ ਨੂੰ ਬਦਲਣ ਦੀ ਸਮਰੱਥ ਰੱਖਦਾ ਹੈ। ਪਰਮੇਸ਼ਰ ਸਾਰੇ ਕਾਨੂੰਨ ਖੁਦਾਵੰਦ ਤੇਰੇ ਬਣਾਏ ਨੇ ਔਰ ਸਭ ਹਕੂਮਤਾਂ ਤੇਰੇ ਇਖਤਿਆਰ ਦੇ ਥੱਲੇ ਨੇ। ਔਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਤੇਰੇ ਬੇਟੇ ਨੇ ਖੁਦਾ ਨੂੰ ਇਮੀਗ੍ਰੇਸ਼ਨ ਦੇ ਵਾਸਤੇ ਜਦ ਪ੍ਰਾਰਥਨਾ ਕੀਤੀ ਹੈ, ਇਹਨਾਂ ਦੇ ਸਾਰੇ ਉਸ ਡਾਕੂਮੈਂਟਸ ਨੂੰ ਤੁਹਾਡੇ ਹੱਥਾਂ ਵਿੱਚ ਦਿੰਦੇ। ਪਰਮੇਸ਼ਰ ਇਹਨਾਂ ਦੇ ਬੁਰੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਬਾਹਰ ਕੱਢਣਾ, ਇਹਨਾਂ ਦੀ ਸਿਚੁਏਸ਼ਨ ਨੂੰ ਖੁਦਾ ਨੂੰ ਬਦਲ ਦੇਣਾ। ਔਰ ਪ੍ਰਾਰਥਨਾ ਕਰਦੀ ਹਾਂ ਤਮਾਮ ਬੁਰੇ ਹਾਲਾਤ ਯਿਸੂ ਨਾਮ ਵਿੱਚ ਇਹਨਾਂ ਦੇ ਜੀਵਨ ਨੂੰ ਛੋੜੇ ਔਰ ਜਾਏ ਔਰ ਪਰਮੇਸ਼ਰ ਤੇਰਾ ਬੇਟਾ ਤੇਰੇ ਨਾਮ ਵਿੱਚ ਵਿਕਟਰੀ ਨੂੰ ਪ੍ਰਾਪਤ ਕਰੇ ਔਰ ਵਿਕਟਰੀ ਨੂੰ ਪ੍ਰਾਪਤ ਕਰਕੇ ਤੇਰੇ ਨਾਮ ਦੀ ਖੁਦਾ ਨੂੰ ਸਤਾਇਸ਼ ਕਰਨ ਵਾਲਾ ਹੋ ਸਕੇ। ਯਿਸੂ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ। ਆਮੇਨ ਆਮੇਨ। ਹੈਲੋ ਜੈ ਐਮਸੀ ਦੀ। ਹਾਂਜੀ ਜੈ ਐਮਸੀ ਦੀ ਕੌਣ ਬੋਲ ਰਿਹਾ ਜੀ? ਜੈ ਮਸੀਹ, ਮੈਂ ਨਰਮਲਾ ਬੋਲਦੀ ਹਾਂ ਭਾਅ। ਇੱਥੋਂ ਮੈਂ ਖਰਾ ਬਰਮਿੰਗਮ ਤੋਂ ਪ੍ਰੇਅਰ ਮੈਂ ਕਰਾਉਣੀ ਆ ਜੀ, ਤੇ ਸਿਰ ਨੂੰ ਤਾਂ ਮੇਰੇ ਬਹੁਤ ਫਰਕ ਹੋ ਅੱਗੇ ਨਾਲੋਂ, ਜਦੋਂ ਮੈਨੂੰ ਚੱਕਰ ਬਹੁਤ ਆਉਂਦੇ ਸੀਗੇ ਜੀ। ਉਹਦਾ ਜੋ ਦੇਹ ਜਿੱਦਾਂ ਬਹੁਤ ਦੁਖਦੀ ਤੇ ਪੀੜੀ ਪਈ ਆ, ਤਾਂ ਉਹਦਾ ਸਿਰ ਨੂੰ ਮੇਰੇ ਆਰਾਮ ਆ, ਦੋਨਾਂ ਲਈ ਕਰਾਉਣੀ, ਮੇਰੇ ਹਸਬੈਂਡ ਵੀ ਕਰਾਉਣੀ ਤੇ ਮੇਰੇ ਲਈ ਵੀ ਕਰਨੀ ਆ। ਬ੍ਰਦਰ ਦਾ ਨਾਮ ਦੱਸੋ। ਨਿਰਮਲਾ ਜੀ, ਉਹ ਨਾ ਬਲਵੀਰ ਵਾ, ਬਲਵੀਰ ਸਿੰਘ। ਹਾਂਜੀ, ਸਿਰ ਨੂੰ ਤਾਂ ਠੀਕ ਆ ਮੇਰਾ, ਤੇ ਜਿੱਦਾਂ ਮੇਰੀ ਲੱਤਾਂ ਸਾਡੀਆਂ ਦੋਨਾਂ ਦੀ ਇੱਦਾਂ ਪੀੜ ਜਿਹਾ, ਸਾਰੀ ਬੋਡੀਆਂ ਹੋਈਆਂ ਆ ਓਕੇ। ਨਿਰਮਲਾ ਜੀ, ਗੋਡ ਬਲੈਸ ਯੂ। ਆਈ ਅਸੀਂ ਇਸ ਬਿਊਟੀਫੁਲ ਕਪਲ ਵਾਸਤੇ ਪ੍ਰਾਰਥਨਾ ਕਰੀਏ, ਜਿਨ੍ਹਾਂ ਦੇ ਗੁੱਟਨਿਆਂ ਦੇ ਵਿੱਚ, ਜਿਨ੍ਹਾਂ ਦੀ ਲੱਤਾਂ ਦੇ ਵਿੱਚ ਦਰਦ ਹੈ। ਆਈਏ ਜੋ ਪ੍ਰਾਰਥਨਾ ਕਰਨ ਵਾਲੇ ਸਹਿਯੋਗੀ ਨੇ ਉਹਨਾਂ ਅੱਗੇ ਮੈਂ ਪ੍ਰਾਰਥਨਾ ਕਰਦੀ ਹਾਂ, ਬੇਨਤੀ ਕਰਦੀ ਹਾਂ ਕਿ ਇਸ ਜੋੜੇ ਦੇ ਵਾਸਤੇ ਪ੍ਰਾਰਥਨਾ ਕੀਤੀ ਜਾਏ ਤਾਂ ਕਿ ਜੋੜਾ ਅੰਧਕਾਰ ਦੀ ਸ਼ਕਤੀ ਤੋਂ ਛੁਟਕਾਰਾ ਪ੍ਰਾਪਤ ਪਾਏ ਔਰ ਅੰਧਕਾਰ ਦੀ ਸ਼ਕਤੀ ਇਸ ਜੋੜੇ ਤੋਂ ਸ਼ਰਮਿੰਦਗੀ ਉਠਾਏ, ਬੈਡਲੀ ਸ਼ਰਮਿੰਦਗੀ ਉਠਾਏ, ਯਿਸੂ ਨਾਮ ਵਿੱਚ ਸ਼ਰਮਿੰਦਗੀ ਉਠਾਏ। ਹਾਲੇਲੂਇਆ। ਯਿਸੂ ਪਿਤਾ, ਤੇਰਾ ਸ਼ੁਕਰ ਕਰਦੇ ਹੋਏ ਤੇਰੇ ਚਰਨਾਂ ਵਿੱਚ ਆਏ ਹਾਂ। ਔਰ ਯਹੋਵਾ ਖੁਦਾਵੰ ਯਿਸੂ, ਮੈਂ ਪ੍ਰਾਰਥਨਾ ਕਰਦੀ ਇਸ ਬਿਊਟੀਫੁਲ ਕਪਲ ਵਾਸਤੇ ਖੁਦਾਵੰ, ਜਿਹਨਾਂ ਨੂੰ ਤੂੰ ਜੋੜਿਆ ਹੈ ਖੁਦਾਵੰ, ਅੱਜ ਤੱਕ ਕਾਇਮ ਰੱਖਿਆ ਖੁਦਾਵੰ, ਤੇਰਾ ਸ਼ੁਕਰ ਕਰਦੇ ਹਾਂ। ਪਰਮੇਸ਼ਰ ਦੀ ਮੁਹੱਬਤ ਵਾਸਤੇ ਤੇਰਾ ਸ਼ੁਕਰ ਕਰਦੇ ਹਾਂ, ਜਿਹਨਾਂ ਨੇ ਤੇਰੇ ਦਿੱਤੇ ਹੋਏ ਦੇ ਵਿੱਚੋਂ ਖੁਦਾਵੰ ਤੇਰੇ ਘਰ ਦੇ ਵਿੱਚ ਜੋ ਕੁਛ ਵੀ ਸੇਵਾ ਭੇਜੀ ਉਸ ਸੇਵਾ ਨੂੰ ਪ੍ਰਵਾਨ ਕਰਨਾ। ਔਰ ਪ੍ਰਾਰਥਨਾ ਕਰਦੀ ਖੁਦਾਵੰ ਯਿਸੂ ਨਾਸੀ, ਇਸ ਸੇਵਾ ਦੇ ਵਸੀਲੇ ਖੁਦਾਵੰ ਯਿਸੂ ਇਹਨਾਂ ਨੂੰ ਬਰਕਤ ਦੇਣਾ। ਔਰ ਪ੍ਰਾਰਥਨਾ ਕਰਦੀ ਧੰਨਵਾਦ ਕਰਦੀ, ਤੁਸੀਂ ਆਪਣੀ ਬੇਟੀ ਦੇ ਸਿਰ ਦੀ ਬਿਮਾਰੀ ਤੋਂ ਛੁਟਕਾਰਾ ਦਿੱਤਾ ਹੈ, ਦਰਦ ਤੋਂ ਛੁਟਕਾਰਾ ਦਿੱਤਾ। ਇਹ ਸਾਰਾ ਆਦਰ ਔਰ ਮਹਿਮਾ ਔਰ ਜਲਾਲ ਯਿਸੂ ਪਿਤਾ ਤੁਹਾਡਾ ਹੈ ਤੇ ਤੁਹਾਨੂੰ ਦਿੰਦੇ ਆ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਆਪਣੀ ਭਾਈ ਵਾਸਤੇ, ਆਪਣੀ ਭੈਣ ਵਾਸਤੇ ਖੁਦਾਵੰ, ਜੋ ਲੱਤਾਂ ਦੀ ਕਮਜ਼ੋਰੀ ਹੈ, ਹੱਡੀਆਂ ਦੀ ਕਮਜ਼ੋਰੀ, ਦਰਦ, ਯਿਸੂ ਨਾਮ
it. I command you in the name of Jesus. I rebuke you in the name of Jesus. Pita Parmeshwar, tere naam vich tera beta tera beti uthe aur azadi paaye aur tere naam di gawahi de sake. Tamam andhikar di shakti Yesu naam mein badi sharmindagi uthaye. Yesu naam mein badi sharmindagi uthaye aur khudavan tera karya is jode de dwara shuru hoye. Yesu saadi prarthna nu suno te qabool karo. Yesu naam vich leke mangde te sab kuch pa lende ha. Amen. Is call to baad assi tel aur paani te dua karange. Pehla call le liye. Hello JMC ji. Hello ji. ਹਾਂਜੀ ਜੈਮਸੀ ਦੀ ਕੌਣ ਬੋਲ ਰਹੀ ਕਿ ਹਾਂਜੀ ਕਿੱਦਾਂ ਭੈਣ ਜੀ ਠੀਕ ਹੋ ਜੀ ਬਿਲਕੁਲ ਠੀਕ ਠਾਕ ਹਾਂਜੀ ਮੈਂ ਪਛਾਣ ਲਈ ਸ਼ਾਇਦ ਆਵਾਜ਼ ਮੇਰੀ ਮੈਂ ਕਲਸੂਮ ਬੋਲਦੀ ਹਾਂ ਜੀ ਬਿਲਕੁਲ ਮੈਂ ਆਪਣੀ ਭੈਣ ਦੀ ਆਵਾਜ਼ ਨੂੰ ਪਛਾਣ ਲਿਆ ਮੇਰੀ ਭੈਣ ਮੇਰੀ ਇੱਕ ਗੱਲ ਸੁਣੋ ਹਨਾ ਇੱਕ ਵਿੱਚੇ ਖੁਸ਼ਖਬਰੀ ਜਾਂ ਤੇ ਵਿੱਚੇ ਗਮ ਮੇਰੀ ਨਾ ਤਬੀਅਤ ਇੰਨੀ ਖਰਾਬ ਇੰਨੀ ਮੇਰੀ ਬਾਹਾਂ 'ਚ ਦਰਦ ਹੁੰਦੀ ਹੈ ਇੰਨੀ ਕਮਜ਼ੋਰੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੁਣ ਮੇਰਾ ਦਿਲ ਕਰਦਾ ਕਿ ਮੈਂ ਨਾ ਖੁਦ ਕੁਛ ਕਰ ਲਾਂ ਠੀਕ ਆ ਹਾਂਜੀ ਹਾਂਜੀ ਦੂਸਰੀ ਗੱਲ ਸੱਗ ਵਾਸਤੇ ਮੈਂ ਤੁਹਾਨੂੰ ਕਿਹਾ ਸੀ ਦੁਆ ਕਰੋ ਤੇ ਉਹ ਦੁਆ ਕਰੋ ਲੰਮੀਆਂ ਉਹਨਾਂ ਦੀ ਖੁਸ਼ੀ ਸਹੀ ਸਲਾਮਤ ਪੂਰੀ ਚਾੜੇ ਤੇ ਦੂਸਰੀ ਤੀਸਰੀ ਇਹ ਹੈਗੀ ਆ ਕਿ ਨਾਜ਼ੀ ਤਾਂ ਆਮਰ ਦੇ ਵਾਸਤੇ ਕਿ ਆਪਸ ਚ ਪਿਆਰ ਮੁਹੱਬਤ ਨਾਲ ਰਹਿਣ ਔਰ ਮੇਰੀਆਂ ਬੇਟੀਆਂ ਵੀ ਰਹਿਣ ਬਾਕੀ ਮੈਂ ਨਾ ਤੁਹਾਨੂੰ ਉੱਪਰ ਜਾ ਕੇ ਤੁਹਾਡੇ ਟੈਲੀਫੋਨ ਤੇ ਫੋਨ ਕਰਦੀ ਜੇ ਹੋ ਗਿਆ ਤਾਂ ਜੀ ਜ਼ਰੂਰ ਮਿਹਰਬਾਨੀ ਕਰਕੇ ਫੋਨ ਕਰੀਏ ਜ਼ਰੂਰ ਕਰਨਾ ਪ੍ਰਾਈਵੇਟ ਕਾਲ ਸਾਡਾ ਫੋਨ ਐਕਸੈਪਟ ਨਹੀਂ ਕਰਦਾ ਇਸ ਕਰਕੇ ਕਈ ਵਾਰੀ ਕਈ ਲੋਕਾਂ ਦੀ ਕਾਲ ਨਹੀਂ ਲੱਗਦੀ ਹਾਂਜੀ ਨਹੀਂ ਨਹੀਂ ਉਹ ਤੁਹਾਡਾ ਜਿਹੜਾ ਪ੍ਰਾਈਵੇਟ ਫੋਨ ਆ ਨਹੀਂ ਸਾਡਾ ਜਿਹੜਾ ਫੋਨ ਹੈ ਇਸ ਨੰਬਰ ਤੇ ਜੇ ਤੁਸੀਂ ਕਾਲ ਕਰੋਗੇ ਅਗਰ ਤੁਹਾਡਾ ਨੰਬਰ ਜਿਹੜਾ ਉਹ ਸ਼ੋਅ ਨਹੀਂ ਹੋਏਗਾ ਪ੍ਰਾਈਵੇਟ ਕਾਲ ਹੋਏਗੀ ਤੇ ਫੋਨ ਨਹੀਂ ਐਕਸੈਪਟ ਕਰੇਗਾ ਨਹੀਂ ਆ ਜਿਹੜਾ ਤੁਸੀਂ ਪ੍ਰਾਈਵੇਟ ਇੱਥੇ ਕਰਾਂ ਮੁੜ ਕੇ ਤੁਹਾਨੂੰ ਫੋਨ ਆ ਜਿਹੜਾ ਹੁਣ ਫੋਨ ਆ ਹਾਂਜੀ ਹਾਂਜੀ ਹੁਣ ਤੁਸੀਂ ਬਾਅਦ ਦੇ ਵਿੱਚ ਫੋਨ ਕਰਨਾ ਇਸ ਨੰਬਰ ਦੇ ਉੱਤੇ ਇਸੇ ਹੀ ਨੰਬਰ ਤੇ ਜੀ ਨਹੀਂ ਸਟੂਡੀਓ ਵਾਲੇ ਤੇ ਨਹੀਂ ਜਿੱਥੇ ਤੁਸੀਂ ਗੱਲ ਕਰ ਰਹੇ ਉੱਥੇ ਨਹੀਂ ਇਸ ਸਟੂਡੀਓ ਦਾ ਨੰਬਰ 0794879 ਲਿਖਿਆ ਲਿਖਿਆ ਵਾ ਮੇਰਾ ਲਿਖਿਆ ਵਾ ਲਿਖਿਆ ਅੱਜ ਫੋਨ ਕਰਨਾ ਅੱਜ ਠੀਕ ਹੈ ਓਕੇ ਜੀ ਓਕੇ ਮੇਰੀ ਭੈਣ ਬਸ ਬਹੁਤ ਦਿਲੋਂ ਦੁਆ ਕਰਨੀ ਹੈ ਨਾ ਤਿੰਨਾ ਸਾਕਬ ਦੇ ਘਰ ਜਿਹੜੀ ਲੰਮੀਆਂ ਖੁਸ਼ੀ ਉਹਨਾਂ ਨੂੰ ਦਿੱਤੀ ਆ ਪਰ ਲੰਮੀਆਂ ਸਹੀ ਸਲਾਮਤ ਸਿਰੇ ਚਾੜੇ ਜਿਹੜੇ ਪਰਮੇਸ਼ਰ ਨੇ ਦਿੱਤੀ ਹੈ ਨਾ ਦੁਆ ਦੇ ਨਾਲ ਤੇ ਉਹ ਸਿਰੇ ਹੀ ਚੜੇਗੀ ਠੀਕ ਹੈ ਇਨਸ਼ਾਅੱਲਾ ਇਨਸ਼ਾਅੱਲਾ ਹਾਂਜੀ ਬੋਲੀਏ ਆਮੀਨ ਆਮੀਨ ਹਾਂਜੀ ਅੱਖਾਂ ਬੰਦ ਕਰੀਏ ਆਪਾਂ ਦੁਆ ਕਰਦੇ ਹਾਂ ਜੀ ਓਕੇ ਗੋਡ ਬਲੈਸ ਯੂ ਆਈਏ ਅਸੀਂ ਆਪਣੀ ਭੈਣ ਵਾਸਤੇ ਪ੍ਰਾਰਥਨਾ ਕਰਦੇ ਹਾਂ ਖੁਦਾਵੰ ਯਿਸੂ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹੋਏ ਸਾਰਾ ਆਦਰ ਔਰ ਮਹਿਮਾ ਔਰ ਜਲਾਲ ਤੁਹਾਡਾ ਤੁਹਾਨੂੰ ਦਿੰਦੇ ਹਾਂ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਭੈਣ ਦੇ ਘਰ ਦੇ ਵਿੱਚ ਜੋ ਕੋਈ ਬੱਚਿਆਂ ਦੇ ਘਰ ਖੁਸ਼ੀ ਆਉਣ ਵਾਲੀ ਹੈ ਉਸ ਖੁਸ਼ੀ ਨੂੰ ਉਸ ਬੱਚੇ ਨੂੰ ਉਸ ਗਰਭ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਖੁਦਾ ਨੂੰ ਗਰਭ ਨੂੰ ਮੁਬਾਰਕ ਕਰਨਾ ਉਸ ਬੱਚੇ ਨੂੰ ਮੁਬਾਰਕ ਕਰਨਾ ਇਸ ਖਾਨਦਾਨ ਵਾਸਤੇ ਬਰਕਤ ਦੇਣਾ ਖੁਦਾ ਨੂੰ ਸਲਾਮਤੀ ਦੇ ਨਾਲ ਉਹ ਬੱਚਾ ਜਦ ਇਸ ਧਰਤੀ 'ਤੇ ਆਪਣੀਆਂ ਅੱਖਾਂ ਨੂੰ ਖੋਲ੍ਹੇ ਅਤੇ ਤੇਰੇ ਨਾਮ ਦਾ ਧੰਨਵਾਦ ਕੀਤਾ ਜਾਏ ਭੈਣ ਵਾਸਤੇ ਪ੍ਰਾਰਥਨਾ ਕਰਦੀ ਹਾਂ ਹਰ ਬਿਮਾਰੀ ਹਰ ਦਰਦ ਹਰ ਨਾੜ ਕਮਜ਼ੋਰ ਨੂੰ ਹਰ ਹੱਡੀ ਕਮਜ਼ੋਰ ਨੂੰ ਯਿਸੂ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਕੁਵਤ ਔਰ ਸ਼ਕਤੀ ਨੂੰ ਪ੍ਰਾਪਤ ਕਰਨ ਔਰ ਨਵੀਆਂ ਹੋ ਜਾਣ ਔਰ ਪਰਮੇਸ਼ਵਰ ਤੇਰਾ ਕੰਟਰੋਲ ਇਹਨਾਂ ਹੱਡੀਆਂ ਇਹਨਾਂ ਨਾੜਾਂ ਉੱਤੇ ਇਹਨਾਂ ਜ਼ਿੰਦਗੀ ਦੇ ਉੱਤੇ ਉਤਰ ਆਏ ਔਰ ਪਰਮੇਸ਼ਵਰ ਸ਼ੈਤਾਨ ਦੀਆਂ ਕੁਵਤਾਂ ਯਿਸੂ ਨਾਮ ਵਿੱਚ ਨਾਕਾਮ ਹੋ ਜਾਣ ਔਰ ਖੁਦਾਵੰਨ ਇਹਨਾਂ ਦੀਆਂ ਬੱਚੀਆਂ ਵਾਸਤੇ ਮੈਂ ਪ੍ਰਾਰਥਨਾ ਕਰਦੀ ਉਹਨਾਂ ਨੂੰ ਬਰਕਤ ਦੇਣਾ ਉਹਨਾਂ ਦੇ ਘਰਾਂ ਵਿੱਚ ਸਲਾਮਤੀ ਔਰ ਸ਼ਾਂਤੀ ਦੇਣਾ ਖੁਸ਼ੀਆਂ ਦੇਣਾ ਸਾਡੀ ਪ੍ਰਾਰਥਨਾ ਨੂੰ ਸੁਣਨਾ ਤੇ ਕਬੂਲ ਕਰਨਾ ਯਿਸੂ ਤੇਰੇ ਸੋਹਣੇ ਤਾਂ ਜਲਾਲੀ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ ਆਮੇਨ ਆਮੇਨ ਜੈਸੀ ਤੇਲ ਔਰ ਪਾਣੀ ਤੇ ਦੁਆ ਕੀਤੀ ਜਾਵੇ ਇਸ ਦੇ ਨਾਲ ਅਗਰ ਤੁਸੀਂ ਹੁਣ ਸਾਡਾ ਪ੍ਰੋਗਰਾਮ ਵੇਖ ਰਹੇ ਹੋ ਹਸਬੈਂਡ ਵਾਈਫ ਤੁਸੀਂ ਬੈਠੇ ਆ ਇੱਕ ਦੂਸਰੇ ਦਾ ਹੱਥ ਫੜੋ ਅਸੀਂ ਜੇ ਤੁਸੀਂ ਬੇ ਔਲਾਦ ਆ ਤਾਂ ਤੁਹਾਡੇ ਲਈ ਅਸੀਂ ਦੁਆ ਕੀਤੀ ਜਾਊਗੀ ਆਈਏ ਅਸੀਂ ਵੀ ਮਿਲ ਕੇ ਤੁਹਾਡੇ ਵਾਸਤੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਜਦੋਂ ਹਸਬੈਂਡ ਤੇ ਔਰਤ ਪ੍ਰਾਰਥਨਾ ਕਰਦੇ ਨੇ ਇਕੱਠੇ ਹੋ ਕੇ ਕਹਿੰਦਾ ਕਿ ਪ੍ਰਾਰਥਨਾ ਕਰੋ ਤਾਂ ਕਿ ਤੁਹਾਡੀਆਂ ਬਰਕਤਾਂ ਰੁਕ ਨਾ ਜਾਣ ਇਹਦਾ ਮਤਲਬ ਕਿ ਜਦੋਂ ਅਸੀਂ ਇਕੱਠੇ ਹੋ ਕੇ ਪ੍ਰਾਰਥਨਾ ਨਹੀਂ ਕਰਦੇ ਤੇ ਸਾਡੀਆਂ ਬਰਕਤਾਂ ਰੁਕਦੀਆਂ ਨੇ ਸੋ ਜਿੰਨੇ ਜੋੜੇ ਇਸ ਟੈਲੀਵਿਜ਼ਨ ਸਕਰੀਨ ਦੇ ਸਾਹਮਣੇ ਬੈਠੇ ਨੇ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣੇ ਹੱਥਾਂ ਨੂੰ ਪਕੜੀਏ ਔਰ ਪਰਮੇਸ਼ਰ ਦੇ ਅੱਗੇ ਝੁੱਕ ਜਾਈਏ ਹਾਲੇਲੂਇਆ 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 ਰਾਜਾਓਂ ਕੇ ਰਾਜਾ ਪ੍ਰਭੂਆਓਂ ਕੇ ਪ੍ਰਭੂ ਜਿੰਨੇ ਜੋੜਿਆਂ ਨੇ ਤੇਰੇ ਅੱਗੇ ਆਪਣੇ ਹੱਥਾਂ ਨੂੰ ਪਕੜ ਕੇ ਆਪਣੀਆਂ ਪ੍ਰਾਰਥਨਾਵਾਂ ਨੂੰ ਤੇਰੇ ਅੱਗੇ ਰੱਖਿਆ ਹੈ ਪਰਮੇਸ਼ਰ ਤੇਰੇ ਨਾਮ ਵਿੱਚ ਉਹ ਸਾਰੀਆਂ ਪ੍ਰਾਰਥਨਾਵਾਂ ਕਬੂਲ ਕੀਤੀਆਂ ਜਾਣ ਯਿਸੂ ਨਾਮ ਵਿੱਚ ਉਹ ਪ੍ਰਾਰਥਨਾਵਾਂ ਪੂਰੀਆਂ ਹੋ ਜਾਣ ਹਾਂ ਤੇ ਆਮੀਨ ਦੇ ਨਾਲ ਪੂਰੀਆਂ ਹੋ ਜਾਣ ਔਰ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਬਾਂਝਪਨ ਯਿਸੂ ਨਾਮ ਵਿੱਚ ਛਾਤਾ ਰਹੇ ਬਾਂਝਪਨ ਯਿਸੂ ਨਾਮ ਵਿੱਚ ਖਤਮ ਕਮਜ਼ੋਰੀ ਹੈ
ਉਹ ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਉਹ ਕਮਜ਼ੋਰੀ ਉਹ ਡਿਜ਼ੀਜ਼ ਯਿਸੂ ਨਾਮ ਮੇ ਵੀਕਨੈਸ ਜਾਤੀ ਰਹੇ। ਔਰ ਪ੍ਰਭੂ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਪਾਣੀ ਔਰ ਤੇਲ ਜੋ ਤੇਰੇ ਸਿੰਘਾਸਨ ਦੇ ਸਾਹਮਣੇ ਰੱਖ ਦਿੱਤਾ ਹੈ ਯਿਸੂ, ਤੁਸੀਂ ਆਕਾਸ਼ਾਂ ਦੇ ਵਿੱਚ ਆਪਣੇ ਹੱਥ ਨੂੰ ਬੜਾਓ ਔਰ ਖੁਦਾਵੇਂ ਯਿਸੂ ਇਸ ਤੇਲ ਔਰ ਪਾਣੀ ਨੂੰ ਛੂ ਲਓ। ਜਦ ਖੁਦਾਵੇਂ ਤੇਰੇ ਬੇਟੇ ਤੇਰੀਆਂ ਬੇਟੀਆਂ ਇਹਨਾਂ ਨੂੰ ਬਿਮਾਰੀਆਂ ਉੱਤੇ ਲਾਉਣ, ਇਹਨਾਂ ਦੀਆਂ ਬਿਮਾਰੀਆਂ, ਇਹਨਾਂ ਦੇ ਰੋਗ, ਇਹਨਾਂ ਦੀਆਂ ਬਦਕਾਰੀਆਂ, ਇਹਨਾਂ ਦੇ ਪਾਪ ਯਿਸੂ ਨਾਮ ਵਿੱਚ ਸ਼ੁੱਧ ਹੋ ਜਾਏ। ਹਾਲੇਲੂਇਆ। ਉਹ ਖੁਦਾਵੇਂ ਤੇਰੇ ਨਾਮ ਮੇਂ ਫਤਿਹ ਪਾਏ। ਹਾਲੇਲੂਇਆ। ਤੇਰੇ ਨਾਮ ਮੇਂ ਸ਼ਕਤੀ ਪਾਏ। ਹਾਲੇਲੂਇਆ। ਯਿਸੂ ਨਾਮ ਮੇਂ ਲੇਕਰ ਮੰਗਤੇ ਔਰ ਸਭ ਕੁਝ ਪਾ ਲੈਤੇ ਹੈ। ਆਮੇਨ, ਆਮੇਨ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਅਗਲੇ ਹਫ਼ਤੇ ਫਿਰ ਮਿਲਾਂਗੇ। ਖੁਦਾਵੰਦ ਤੁਹਾਡੇ ਨਾਲ ਹੋਵੇ। ਜੈ ਮਸੀਹ।